ਅੱਜ ਦਾ ਮਾਲ ਐਤਕੀ ਚੰਗਾ ਹਜਿਆ ਆ। ਹਾਂ ਐਤਕੀ ਠੀਕ ਆਇਆ ਆ। ਬਲਾਲ ਨੇ ਮੈਂ ਮਿੰਤਰਲਾ ਕੀਤਾ, ਮੈਂ ਕਿਹਾ ਬਲਾਲ ਯਾਰ ਤੇਰੇ ਤੋਂ ਅੱਛੀ ਗੱਡੀ ਕੋਈ ਨਹੀਂ ਜੋੜਦਾ ਫੈਸਲਾ ਬਾਅਦ 'ਚ। ਇਹ ਹੈਗੇ ਨੇ ਇਲੈਕਟ੍ਰੋਨਿਕ ਚੀਜ਼ਾਂ, ਤੁਹਾਨੂੰ ਪਤਾ ਹੀ ਹੈ। ਹੁਣ ਬਲਾਲ ਦਾ ਨਾ ਝਾਕਾ ਲਿਖਿਆ ਆ, ਨਾ ਮੈਨੂੰ ਇਤਮਾਦ ਹੀ ਆ। ਮੈਂ ਤਾਂ ਬਲਾਲ ਅਤੇ ਤੋਤੀ ਲਾਏ ਆ ਦੋਨੇ ਜਣੇ। ਆ ਮਾਸ਼ਾਅੱਲਾ ਸਾਰੀਆਂ ਗੱਡੀਆਂ ਇਹਨੇ ਜੋੜੀਆਂ ਬਲਾਲ ਨੇ। ਹੁਣ ਹਾਂ ਉਤਰੀਆਂ ਵੀ ਉਹ ਸਾਹਮਣੇ ਆ। ਜਦੋਂ ਦੂਸਰੇ ਹੱਥ ਜਾਂਦਾ ਨਾ ਕੋਈ ਵੀ ਕਾਰੀਗਰ ਆਉਂਦਾ, ਉਹ ਟੈਨਸ਼ਨ ਜ਼ਰੂਰ ਪਾਉਂਦਾ ਹੈ। ਦੋ ਤਿੰਨ ਗਾਹਕ ਜਿਹੜੇ ਉਹਨਾਂ ਨੇ ਆ ਕੇ ਇਹੀ ਕਿਹਾ ਜੀ ਗੱਡੀ ਜਿਹੜੀ ਹੈ ਤੰਗ ਕਰਦੀ, ਇੰਜ ਕਰਦੀ। ਉਹ ਮੈਂ ਤਾਰ ਬਲਾਲ ਨੂੰ ਕਿਹਾ ਵੀ ਬਲਾਲ ਯਾਰ ਤੂੰ ਇੱਥੇ ਆ ਜਾਇਆ ਕਰ, ਭਾਵੇਂ 2 ਘੰਟੇ ਦੇ ਜਾ ਕੇ ਜਿਹੜੀਆਂ 2-4 ਜੁੜਦੀਆਂ ਉਹ ਜੁੜ ਜਾਇਆ ਕਰਨਗੀਆਂ। ਮੀਆਂ ਸਾਹਿਬ ਹਾਂ, ਇਹਦੇ ਟਾਇਰ ਪੈਣ ਵਾਲੇ ਆ। ਟਾਇਰ ਪੈਣ ਵਾਲੇ ਕੀ ਇਹ ਮਤਲਬ ਸਖਰ ਤੱਕ ਜਾਇਆ ਹੀ ਆ? ਅਜੇ ਨਵੇਂ ਟਾਇਰ ਆ ਇਹਦੇ, ਪਿੱਛੋਂ ਹੀ ਪੁਰਾਣੇ ਆ ਗਏ ਆ ਪਿੱਛੋਂ। ਨਹੀਂ ਨਹੀਂ ਪਿੱਛੋਂ ਨਹੀਂ ਹੈਗੇ, ਅਸੀਂ ਤਾਂ ਡੱਬੇ 'ਚੋਂ ਕੱਢੇ ਆ। ਉਹ ਤੁਹਾਨੂੰ ਵੈਸੇ ਲੱਗ ਰਿਹਾ ਆ? ਵੈਸੇ ਨਹੀਂ ਲੱਗ ਰਿਹਾ, ਐਨਕ ਲਾ ਕੇ ਦੇਖੋ ਇਹ ਸਹੀ ਆ ਜਾਂ। ਐਨਕ ਤਾਂ ਮੈਂ ਲਾਈ ਨਹੀਂ ਹੈਗੀ। ਇਸੇ ਵਾਸਤੇ ਮੈਂ ਕਹਿੰਦਾ ਮੇਰੇ ਵਾਲੀ ਐਨਕ ਲੈ ਲਓ, ਹੁਣ ਖਰਾਬ ਹੈਗੇ ਟਾਇਰ। ਨਹੀਂ ਨਹੀਂ ਖਰਾਬ ਨਹੀਂ ਹੈਗੇ, ਉਹ ਬਦਲਨੇ ਆ ਉਹਨਾਂ ਦੇ। ਓਏ ਵੈਸੇ ਮਿੱਟੀ ਪੈ ਗਈ ਹੈ, ਤੁਸੀਂ ਕਹਿ ਰਹੇ ਇਹ ਮਿੱਟੀ ਪੈ ਗਈ ਹੈ। ਟਾਇਰ ਲਾਇਆ ਸੀ ਨਾ ਪਹਿਲਾਂ? ਹਾਂ ਹਾਂ, ਇਹ ਟਾਇਰ ਲਾ ਕੇ ਚਾਰੇ ਟਾਇਰ ਲਾ ਕੇ ਨਾ ਇਹ ਕਾਗਜ਼ ਬੰਦ ਸੀ, ਕਿਉਂਕਿ ਗੱਡੀ ਤਾਂ ਹੁਣ ਜੋੜੀ ਬਲਾਲ ਨੇ। ਬਲਾਲ ਨਵੇਂ ਨਹੀਂ ਸੀ, ਨਵੇਂ ਆ। ਆ ਵੈਸੇ ਮਿੱਟੀ ਲੱਗੀ ਆ, ਚੈੱਕ ਕਰ ਲੈਣੇ ਦੇਈ ਬਲਾਲ। ਨਹੀਂ ਨਹੀਂ ਚੈੱਕ ਕਰਨਾ, ਝਾਲ ਲਓ ਬਸ। ਹਾਂ ਬਲਾਲ ਨੇ, ਬਲਾਲ ਦੇ ਹੱਥ ਦੀ ਜੁੜੀ ਆ ਗੱਡੀ ਇਹ, ਤਾਂ ਪੇਜ ਲਾ ਦੇ ਬਸ। ਪੇਜ ਤਾਂ ਮੈਂ ਲਾ ਰਿਹਾ ਵਾਂ। ਅਜੇ ਤਾਂ ਨਵੇਂ ਆ ਇਹ, ਪਤਾ ਕੀ ਆ ਬਾਹਰ ਕੱਢੇ ਆ ਨਾ ਉਹ ਘੱਟੇ ਦੇ ਨਾਲ, ਤੈਨੂੰ ਇੰਜ ਲੱਗਦਾ ਵੀ ਪੁਰਾਣਾ ਟਾਇਰ ਆ। ਨਹੀਂ ਠੀਕ ਹੋ ਗਿਆ। ਹਾਂ ਤਾਂ ਹੁਣ ਠੀਕ ਹੋ ਗਈ ਨਾ? ਹਾਂ ਮਾਸ਼ਾਅੱਲਾ ਮਾਸ਼ਾਅੱਲਾ। ਅੱਛਾ ਚਾਹ ਦਾ ਕਹੋ ਉਧਰ ਹੁਣ, ਹੈਂ ਚਾਹ ਦਾ ਕਹਿ ਦੇ ਹੁੰਦੇ ਸੁਬਾਹ। ਗੱਡੀ ਹਜੇ ਇੱਕ ਜੋੜੀ ਆ, ਚਾਹ ਦਾ ਕਹਿ ਦਈਏ। ਮੀਆਂ ਸਾਹਿਬ ਜਦੋਂ ਵੀ ਚਾਹ ਦਾ ਕਹਿ ਦਈਏ ਤੁਹਾਨੂੰ ਕਾਸ਼ੀ ਪੈ ਜਾਂਦੀ ਆ। ਕੋਈ ਨਹੀਂ ਮੈਂ ਚਾਹ ਮੰਗਾਉਣਾ, ਹਾਜੀ ਸਾਹਿਬ ਕਹਿੰਦਾ ਚਾਹ ਮੰਗਾਉਂਦੇ ਆ। 2 ਗੱਡੀਆਂ ਜੋੜ ਦਿੱਤੀਆਂ ਵਾ, ਬਰਾੜ ਵਾਲੀ ਵੀ ਆ ਵੀ ਸਹੀ ਹੋ ਗਈ ਆ। ਚਲੋ ਸ਼ੁਕਰ। ਅਗਰ ਚੈੱਕ ਕਰ ਲੈਣਾ ਸੀ ਇਹਦੇ ਹਾਰਨ ਹੂਰਨ। ਉਹ ਗੱਡੀ ਲੈ ਗਏ ਆ, ਆਵੇ ਚੰਗੀ ਟੋਰ ਆ ਗੱਡੀ ਦੀ, ਹੈ ਬਿਹਤਰੀਨ ਹੋ ਗਿਆ, ਵੈਰੀ ਗੁੱਡ। ਇਹਦੇ ਨਾਲ ਦੇ ਨਾ 4 ਪੀਸ ਉਹਨਾਂ ਨੇ ਦਿੱਤੇ ਆ। ਹਾਂ 2 ਰਹਿ ਗਏ ਨੇ, ਇਨਸ਼ਾਅੱਲਾ ਜਦੋਂ ਦੇਖਾਂਗੇ ਇਹਦਾ ਕੀ ਹਿਸਾਬ ਕਿਤਾਬ, ਫਿਰ ਜ਼ਿਆਦਾ ਮੰਗਵਾ ਲਾਂਗੇ। ਉਹ ਗੱਡੀ ਭੇਜਣੀ ਆ ਉਹਨੂੰ, ਅਮਿੰਦੀ ਸਾਹਿਬ ਨੂੰ ਗੱਡੀ ਭੇਜ ਦਈਏ? ਉਹ ਭੇਜ ਦਿੰਦੇ, ਭੇਜ ਦਿੰਦੇ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ, ਵਾਲੇਕੁਮ ਸਲਾਮ। ਆਜੋ ਭਾਜੀ, ਆਜੋ 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 ਆਜੋ। ਚੀਜ਼ਾਂ ਲੱਗੀਆਂ ਬੱਚਿਆਂ ਵਾਸਤੇ, ਬਹੁਤ ਵੈਰਾਈਟੀ ਹੈ ਭਾਜੀ, ਦੇਖ ਲਓ ਜਿਹੜੀ ਪਸੰਦ ਆ ਤੁਹਾਨੂੰ। ਜੀ ਜੀ ਵੇਖ ਰਹੇ ਆ। ਹਾਂ ਇਹ ਜੇ ਮਾਲ ਆਇਆ ਯਾਰ, ਜੇ ਜੋੜਿਆ ਸੁਭਾ, ਇਹ ਵੇਖ ਲਓ ਪਾਟਾ ਸੀ ਜੋੜਿਆ। ਹੈ ਜੋੜਿਆ ਕਿਉਂ? ਮਤਲਬ ਭਾਜੀ ਲੈਦਾ ਹੁੰਦੇ ਨਾ ਇਸ ਸਿਸਟਮ ਨਹੀਂ, ਉਹ ਫਿਰ ਬਲਾਲ ਮੁੰਡਾ ਹੈਗਾ ਕਾਰੀਗਰ, ਉਹਨੇ ਜੋੜਨੀ ਹੁੰਦੀ ਗੱਡੀ ਸਾਰੀ। ਅੱਛਾ, ਮੈਂ ਕਿਹਾ ਭਾਈ 100 ਦਾ ਨੋਟ ਕਹਿੰਦੇ ਜੋੜਿਆ? ਨਹੀਂ 100 ਦਾ ਨੋਟ ਭਾਜੀ ਕੀ ਕਰਨਾ, ਨਵੀਂ ਫਿਟਿੰਗ ਕਰਦੇ ਪਏ ਆ ਨਾ। ਅੱਛਾ ਫਿਟਿੰਗ? ਅੱਛਾ ਤੁਸੀਂ ਫਿਟਿੰਗ ਕਰਦੇ? ਹਾਂਜੀ ਹਾਂਜੀ, ਮੈਂ ਤੇ ਭਾਜੀ ਬਰਾ ਰਹੇ ਸੀ। ਅੱਛਾ ਤੁਸੀਂ ਦੋਨੇ ਹੀ ਕਰਦੇ? ਅੱਛਾ ਕਿਹੜੀ ਤੁਹਾਨੂੰ ਪਸੰਦ, ਇਹਨਾਂ 'ਚ ਪਸੰਦ ਹੈ? ਦੇਖ ਲਓ ਭਾਜੀ, ਉਹ ਅੱਗੇ ਜਾ ਕੇ ਅੱਗੇ ਦੇਖ ਲਓ, ਪਹਿਲਾਂ ਅਗਲੀਆਂ ਵੇਖ ਲਓ। ਨਹੀਂ ਉਹ ਇੱਥੇ ਦੇਖੀਏ ਜ਼ਰਾ, ਵਿਜ਼ਿਟ ਕਰਕੇ ਆਇਆ ਮੈਂ। ਦੇਖ ਲਓ ਅੱਗੇ ਦੇਖ ਲਓ, ਵੇਖ ਮੈਂ ਇੱਧਰ ਆ ਜਾਓ ਤੁਸੀਂ। ਇਹ ਦੇਖੋ ਇਹ ਚੀਜ਼ਾਂ ਵੀ ਲੱਗੀਆਂ ਬੱਚਿਆਂ ਵਾਸਤੇ, ਹੈ ਇਹ ਸਾਰੀਆਂ, ਇਹਨਾਂ 'ਚ ਕੋਈ ਪਸੰਦ ਹੈ? ਤੁਹਾਨੂੰ ਦੇਖੋ ਕੀ ਚਾਹੀਏ ਯਹਾਂ ਸੇ। ਹਾਂ ਮੇਰਾ ਬੇਟਾ ਕੋ ਹਾਂ ਨਹੀਂ ਕਰ ਦੇਣੀ ਹੈ, ਕੋਈ ਪਸੰਦ ਹੈ? ਇਹ ਦੇਖ ਦਿਖਾਏ ਜ਼ਰਾ। ਹਾਂ ਠੀਕ ਹੈ। ਓਏ ਹੋਏ, ਹੋਰ ਵੀ ਦਿਖਾਓ ਕੋਈ। ਵੈਰੀ ਗੁੱਡ। ਇਸ਼ਾਰੇ ਨਹੀਂ ਚੱਲਦੇ ਪਏ। ਅੱਛਾ ਇਹ ਸੈੱਲ ਪੈਂਦੇ ਜੀ? ਹਾਂਜੀ, ਇਸਕੇ ਅੰਦਰ ਇਹ ਆਟੋਮੈਟਿਕ ਹੁੰਦੀ ਹੈ। ਇਹ ਦੇਖੋ ਇਸ। ਹਾਂਜੀ ਭਾਜੀ, ਇਹਦੇ 'ਚ ਸੈੱਲ ਪੈਂਦੇ? ਸਰ ਜੀ ਇਹਦੇ 'ਚ ਸੈੱਲ ਪੈਂਦੇ ਆ। ਅੱਛਾ ਟੈਸਲਾ ਦਾ? ਹਾਂਜੀ ਹਾਂਜੀ, ਠੀਕ। ਇਹ ਨਵਾਂ ਆਈਟਮ ਆਇਆ ਜੀ, ਬੜਾ ਅੱਛਾ ਬੱਚਿਆਂ ਵਾਸਤੇ ਆ। ਵੈਰੀ ਗੁੱਡ, ਠੀਕ ਹੋ ਗਿਆ। ਹਾਂਜੀ ਹਾਂਜੀ ਭਾਈ ਸਾਹਿਬ, ਕਿੰਨੇ ਦਾ ਪੀਸ ਹੈ ਇਹ? ਤੁਸੀਂ ਜੇ ਪਸੰਦ ਕਰ ਲਓ ਕਰ ਲੈਂਦੇ ਆ। ਅੱਛਾ ਕੋਈ ਹੋਰ ਵੀ ਦਿਖਾਓ ਕੋਈ। ਇਹਨੂੰ ਕੀ ਹੋਇਆ ਭਾਜੀ, ਇਹ ਤਾਂ ਦੇਖ ਲਓ ਚੰਗੀ ਤਰ੍ਹਾਂ। ਨਹੀਂ ਨਹੀਂ ਉਹ ਮੈਂ ਕਿਹਾ ਹੋਰ ਵੀ ਦੇਖ ਲੈਣਾ, ਹੋਰ ਵੀ ਦੇਖ ਲਓ ਪਹਿਲਾਂ, ਇਹ ਤਾਂ ਪਸੰਦ ਕਰ ਲਓ। ਲੈਂਡ ਕਰੂਜ਼ਰ ਵੇਖ ਲਓ। ਆ ਲੈਂਡ ਕਰੂਜ਼ਰ ਲੈ ਲਓ, ਲੈਂਡ ਕਰੂਜ਼ਰ ਵੇਖ ਲਓ। ਹਾਂ ਦੇ ਲਓ, ਅੱਲਾ ਨੇ ਬਿਆਰੋ ਵੀ ਦੇ ਦਿੱਤੀ ਹੈ ਜੀ ਜੀ, ਤੇ ਮਰਸੀਡੀਜ਼ ਵੀ ਦੇ ਦਿੱਤੀ ਹੈ, ਸਾਰੀ ਜ਼ਿੰਦਗੀ ਇਹਦੇ ਥੱਲੇ ਹੀ ਆਏ ਹੋ। ਕੀ ਥੱਲੇ? ਨਹੀਂ ਵੀ ਦੇ ਲਓ, ਅੱਲਾ ਨੇ ਵੀ ਮਰਸੀਡੀਜ਼ ਵੀ ਦੇ ਦਿੱਤੀ ਹੈ, ਹੈ ਨਹੀਂ ਤਾਂ 17,000 ਤੋਂ ਜੀਜੇ ਮੀਟਰ ਘਰ ਦਾ ਲਾ ਕੇ ਲੈ ਜਾਣ ਵਾਪਸ ਵਾਲੇ। ਕਿਹਦਾ ਮੀਟਰ ਲਾ ਕੇ? ਨਹੀਂ ਗੱਲ ਕਰਦੇ ਆ, ਗੱਲ ਕਰਦੇ ਭਾਜੀ। ਅੱਛਾ ਗੱਲ ਕਰ, ਆ ਗੱਲ ਕਰਦੇ, ਪਹਿਲਾਂ ਆਪਣੀ ਤੁਸੀਂ ਧਿਆਨ ਨਾਲ, ਧਿਆਨ ਨਾਲ ਜ਼ੋਰ ਨਾਲ ਲਾਇਆ ਕਰ ਇਹਨਾਂ ਦੇ। ਅੱਛਾ ਹਾਂ, ਬੱਚਿਆਂ ਨੇ ਬਹਿਣਾ ਹੁੰਦਾ ਇੱਥੇ, ਕਿਹੜਾ ਕੋਈ ਅੱਲਾ ਮਾਫੀ ਸਿਆਣਿਆਂ ਨੇ ਬਹਿਣਾ ਹੁੰਦਾ। ਤੁਸੀਂ ਐਵੇਂ ਜ਼ੋਰ ਨਾਲ, ਉਹ ਚ ਹੈ ਕਿਹੜਾ ਜਿਹੜਾ ਨੇ ਜ਼ੋਰ ਲਾਉਣਾ? ਨਹੀਂ ਉਹ ਪਤਾ ਜ਼ੋਰ ਲਾ, ਇੱਕ ਮਿੰਟ ਜ਼ਰਾ
बार अंदर छोटी ਲੇਕਿਨ ਦੇਖੋ ਤੁਸੀਂ ਦੇਖੋ ਨਹੀਂ ਤੁਸੀਂ ਕੀ ਕਹਿ ਰਹੇ ਹੋ ਨਹੀਂ ਮੈਂ ਕਹਾਂ ਧਿਆਨ ਰੱਖੋ ਉਹਨੂੰ ਜਿਹੜੀ ਚੀਜ਼ ਚਾਹੀਦੀ ਆ ਉਹਨੂੰ ਦਿਓ ਕੀ ਗੱਲ ਅਸੀਂ ਚੁੱਕ ਕੇ ਲੈ ਜਾਣੀ ਚੀਜ਼ ਐਸੀ ਤਾਂ ਗੱਲ ਹੀ ਨਹੀਂ ਹੋਈ ਹੈਗੀ ਅਸੀਂ ਕਿਹਾ ਮੈਂ ਕਹਾਂ ਜਿਹੜੀ ਚੀਜ਼ ਚਾਹੀਦੀ ਆ ਉਹਨਾਂ ਨੂੰ ਦਿਓ ਧਿਆਨ ਰੱਖੋ ਤੇ ਇਹ ਪਸੰਦ ਆ ਤੈਨੂੰ ਉਹ ਮੁੰਡਿਆ ਚੌਕਸ ਰਮੀ ਇੱਧਰ ਆ ਜਾ ਮੈਨੂੰ ਪਸੰਦ ਨਹੀਂ ਇਦਾਂ ਦੇ ਬੈਗ ਜਿਹੇ ਲੈਂਦੇ ਨੇ ਛੋਟੀ ਕਾਰ ਕੀ ਕਿਹਾ ਤੁਸੀਂ ਕੀ ਕਿਹਾ ਵੀ ਆਪਣਾ ਮੈਂ ਕਹਾਂ ਛੋਟੀਆਂ ਕਾਰਾਂ ਵੀ ਦਿਖਾ ਬੱਚੇ ਨੂੰ ਆ ਦਿਖਾਓ ਕਾਰਾਂ ਸੋਨੂੰ ਕੌਣ ਸੀ ਲੈਣੀ ਹੈ ਉਹ ਬਲੂ ਵਾਲੀ ਲੈਣੀ ਹੈ ਬਲੂ ਪਸੰਦ ਹੈ ਬੰਦਾ ਖਤਰਨਾਕ ਹੈਗਾ ਕੀ ਗੱਲ ਖਤਰਨਾਕ ਮੈਂ ਜਾਂਦਾ ਭਾਈ ਮੈਨੂੰ ਸਮਝ ਨਹੀਂ ਲੱਗ ਰਹੀ ਮੈਂ ਕਿਹਾ ਉਰਲਾ ਇਹਨੂੰ ਸੱਸ ਰਿਹਾ ਕਿ ਉਰਲਾ ਪੁਰਜਾ ਜਿਹੜਾ ਖਤਰਨਾਕ ਹੁੰਦਾ ਉਹ ਧਿਆਨ ਨਾਲ ਜਰਾ ਲੈਟਾਂ ਲੱਗੀਆਂ ਮੈਂ ਤੁਹਾਡੇ ਲਾਗੇ ਨਾ ਖਲੋਈ ਮੈਂ ਤੁਸੀਂ ਪੁਰ ਪੁਰ ਕਰੀ ਜਾਣ ਦੇ ਮੈਂ ਸਹੀ ਗੱਲ ਸੁਣ ਨਹੀਂ ਆ ਲੱਟ ਲੈਟਾਂ ਦੀ ਗੱਲ ਕਰਦਾ ਭਾਜੀ ਤੁਹਾਡੀ ਨਹੀਂ ਗੱਲ ਦੇਖੋ ਤੁਸੀਂ ਦੇਖੋ ਦੇਖੋ ਜਿਹੜੀ ਜਿਹੜਾ ਕਾਰਾਂ ਤੋਂ ਇਲਾਵਾ ਕੀ ਕੀ ਆਪਣੇ ਕੋਲ ਹੋਰ ਹੈ ਕਿ ਭਾਜੀ ਆ ਦੇ ਲਓ ਅਸੀਂ ਵੀ ਆ ਹਾਜੀ ਸਾਹਿਬ ਵੀ ਬੈਠੇ ਆ ਪੱਖੇ ਵੀ ਲੱਗੇ ਲੈਟਾਂ ਵੀ ਆ ਸਾਰਾ ਕੁਝ ਭਾਜੀ ਇੱਥੇ ਹੀ ਆ ਤੇ ਮੈਂ ਸਾਰਿਆਂ ਨੂੰ ਕਿਤੇ ਲਾ ਕੇ ਆਉਣਾ ਵਾ ਮੈਂ ਕੋਈ ਚੀਜ਼ਾਂ ਪੁੱਛਿਆ ਵੀ ਬੱਚਿਆਂ ਵਾਸਤੇ ਭਾਜੀ ਸਾਰਾ ਕੁਝ ਤੁਹਾਡੇ ਲਾਗੇ ਲੱਗਾ ਆਇਆ ਜਾਨ ਦੱਸੋ ਵੀ ਅਸੀਂ ਕਿਤੇ ਅੰਦਰ ਬੈਗਾਂ ਚੋਂ ਕੱਢ ਕੱਢ ਲਿਆ ਕੇ ਦੇ ਆ ਸਾਰੀ ਚੀਜ਼ ਤੁਹਾਡੇ ਲਾਗੇ ਲੱਗੀ ਜਿਹੜੀ ਕਹੋਗੇ ਲੈ ਲਓ ਤੇ ਆ ਕੀ ਗੱਲ ਹੈ ਇੱਕ ਫੜਿਆ ਗਿਆ ਇਹਨੂੰ ਫਾਂਸੀ ਦੇਤੀ ਹੈ ਇਹਨੂੰ ਲਮਕਾਇਆ ਬਸ ਭਾਜੀ ਇਦਾਂ ਹੀ ਆ ਕਈਆਂ ਨੇ ਹੁਣ ਫੜੇ ਜਾਣਾ ਆ ਕਈ ਫੜੇ ਗਏ ਆ ਕੀ ਮਤਲਬ ਕੌਣ ਫੜਿਆ ਗਿਆ ਨਹੀਂ ਆ ਹੁਣ ਦੁਬਾਰਾ ਟੰਗ ਦਾਂਗੇ ਤੇ ਇੱਕ ਹੋਰ ਹੋ ਜਾਏਗਾ ਭਾਈਆ ਇਹਨਾਂ ਤੋਂ ਇਲਾਵਾ ਵੀ ਗੱਡੀਆਂ ਤੋਂ ਇਲਾਵਾ ਬੜੀਆਂ ਆਈਟਮ ਆ ਤੋਦੀ ਉੱਠੀ ਆ ਭਾਜੀ ਨੂੰ ਦਿਖਾ ਦਰਾ ਆਈਟਮ ਬੜੀ ਬੜੀ ਮੱਛੀ ਆਈਟਮ ਆ ਭਾਜੀ ਅੱਛੀ ਆ ਹਾਂ ਇੱਥੇ ਲਿਓ ਕੀ ਗੱਲ ਇੱਥੇ ਲੈ ਇੱਥੇ ਲੈ ਲੱਤ ਸੌਂ ਇੱਥੋਂ ਲੈ ਕੀ ਗੱਲ ਸ਼ਾਕਟ ਪਈ ਆ ਅਭੀ ਆ ਰਹੇ ਅੰਕਲ ਕਿੰਨਾ ਤੇਰੀ ਜਾਨ ਜਾਂਦੀ ਆ ਕਿਧਰ ਆ ਜੋ ਲੈ ਆ ਓਰੇ ਅਭੀ ਆ ਰਹੇ ਲਓ ਭਾਜੀ ਇਹ ਬੱਚੇ ਨੂੰ ਦਿਖਾਓ ਇਹ ਕੀ ਹੈ ਕੀ ਹੈ ਇਹ ਭਾਜੀ ਘੋੜਾ ਆ ਘੋੜਾ ਭਾਜੀ ਘੋੜਾ ਹਾਂਜੀ ਹਾਂਜੀ ਕੀ ਤੁਹਾਡੇ ਦੇ ਲੱਤੀ ਮਾਰਦੀ ਇਹਨੇ ਭਾਜੀ ਘੋੜਾ ਆ ਬੈਠ ਬੇਟਾ ਉੱਪਰ ਬੈਠ ਸੋਨੂ ਬੈਠੋ ਉੱਪਰ ਅੱਛਾ ਬੇਟਾ ਐ ਹੁਣ ਪੁੱਛਦਾ ਮੈਂ ਸੋਨੂ ਬੇਟੇ ਘੋੜਾ ਲੈਣਾ ਕਿ ਗੈਂਡਾ ਲੈਣਾ ਕੀ ਗੈਂਡਾ ਕੀ ਉਹ ਮੈਂ ਕਿਹਾ ਵੀ ਉਹ ਹੋਰ ਵੀ ਪੈ ਆ ਦੇਖ ਐ ਭਾਜੀ ਆ ਜਾਓ ਐ ਲਓ ਹਾਂਜੀ ਸੋਨੀ ਐ ਪਿਆਰਾ ਐ ਪਿਆਰਾ ਵਾ ਯਕੀਨ ਕਰੋ ਹਾਂ ਸਾਡੇ ਦੋਵਾਂ ਜੀ ਹਾਂ ਦੇ ਲਓ ਭਾਜੀ ਜਿਹੜਾ ਅੱਛਾ ਲੱਗਦਾ ਭਾਜੀ ਤੁਹਾਡੇ ਨਾਲ ਤਾਂ ਦੋਵੇਂ ਹੀ ਅੱਛੇ ਐ ਵੈਰੀ ਗੁੱਡ ਅੱਛਾ ਭਾਜੀ ਐ ਜਿਹੜਾ ਘੋੜਾ ਵਾ ਐ ਪੱਠੇ ਖਾਂਦਾ ਵਾ ਹੈ ਪੱਠੇ ਖਾਂਦਾ ਨਹੀਂ ਇਹਨੂੰ ਦੱਸੀ ਜਦੋਂ ਬਾਹਰੋਂ ਆਪ ਹੀ ਖਾਂਦਾ ਜੋ ਦਿਲ ਕਰਦਾ ਜੀ ਇਹ ਨਹੀਂ ਆ ਦੇਖਿਆ ਨਾ ਨਹੀਂ ਨਹੀਂ ਕੀ ਖਾਂਦਾ ਕੀ ਇਹ ਕੋ ਚੱਲਦਾ ਭਾਜੀ ਪਤਾ ਨਹੀਂ ਇੱਥੇ ਤਾਂ ਆਵੇ ਬੱਚੇ ਨੂੰ ਕਿੱਡਾ ਸੋਹਣਾ ਲੱਗਾ ਹੈ ਹਾਂ ਪਿਆਰਾ ਲੱਗਾ ਬੱਚਾ ਬਹੁਤ ਬੱਚਾ ਹੀ ਅੱਛਾ ਲੱਗਾ ਸਿਆਣਾ ਵੀ ਅੱਛਾ ਲੱਗਾ ਗੱਲ ਕੋ ਕਰਨ ਵਾਲੀ ਕਰੋ ਜਿਹੜਾ ਹੈਗਾ ਗਾਗੀ ਦਾ ਟਾਈਮ ਹੋਇਆ ਤੁਸੀਂ ਦੱਸੋ ਕਿਹਦਾ ਲੱਗਾ ਬਹੁਤ ਅੱਛਾ ਲੱਗਾ ਭਾਜੀ ਭਾਜੀ ਇਸ ਤੋਂ ਇਲਾਵਾ ਵੀ ਆਈਟਮਾਂ ਬੜੀਆਂ ਆ ਕੀ ਜਾਦੂਗਰ ਆ ਤੁਸੀਂ ਕੀ ਮਤਲਬ ਨਹੀਂ ਆਈਟਮਾਂ ਤਾਂ ਜਾਦੂਗਰ ਦਿਖਾਉਂਦੇ ਜਾਦੂਗਰ ਨਹੀਂ ਹੈਗੇ ਭਰਾਵਾ ਅੱਜ ਜ਼ਮੀਨ ਚੋਂ ਕੱਢਿਆ ਘੋੜਾ ਸਾਨੂੰ ਉਹ ਦੇਖੋ ਮੇਰੀ ਘੋੜਾ ਜ਼ਮੀਨ ਚੋਂ ਕੱਢਿਆ ਘੋੜਾ ਉੱਤੋਂ ਉਤਰ ਗਿਆ ਭਾਜੀ ਆ ਦੇਖੋ ਤੁਸੀਂ ਆ ਆ ਆ ਵੇਖ ਲਓ ਇਹ ਕੀ ਹੈ ਭਾਈ ਜਾਨ ਇਹ ਵੈਸਪਾ ਜੀ ਸਕੂਟਰ ਅੱਛਾ ਸਕੂਟਰ ਆ ਬੱਚਿਆਂ ਦਾ ਅੱਛਾ ਇਹਦੇ ਵਿੱਚ ਕਿੰਨੇ ਲੀਟਰ ਤੇਲ ਪੈਂਦਾ ਜੀ ਹੈ ਤੇਲ ਕਿੰਨੇ ਲੀਟਰ ਪੈਂਦਾ ਇਹਦੇ ਵਿੱਚ ਇਹਦੇ ਵਿੱਚ ਭਾਜੀ ਲੀਟਰ ਜਿਹੜਾ ਪੈਂਦਾ ਸਾਨੂੰ ਦੇ ਦਿਆ ਕਰੋ ਘੋੜੇ ਘੋੜਾ ਇਹ ਵੈਸਪਾ ਚੱਲੀ ਜਾਏਗਾ ਨਹੀਂ ਨਹੀਂ ਬਗੈਰ ਤੇਲ ਤੋਂ ਚੱਲਦਾ ਭਾਜੀ ਇਹ ਬੈਟਰੀਆਂ ਹੁੰਦੀਆਂ ਇਹਨਾਂ ਦੇ ਵਿੱਚ ਅੱਛਾ ਬੈਟਰੀਆਂ ਕੀ ਅੰਦਰ ਯੂਪੀਐਸ ਲੱਗਾ ਹੈ ਇਹਦੇ ਨੇ ਬੈਟਰੀਆਂ ਕਿਸ ਤਰ੍ਹਾਂ ਉਹ ਵੈਰ ਓਏ ਵੈਰੀ ਗੁੱਡ ਸ਼ਾਬਾਸ਼ ਓਏ ਭਾਜੀ ਆ ਵੀ ਸਿਸਟਮ ਇਹਦੇ ਵਿੱਚ ਉਹ ਵੈਰ ਬਸ 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 ਬੱਚੇ ਨੂੰ ਚਲਾਉਣਾ ਹੁੰਦਾ ਹਾਂਜੀ ਹਾਂਜੀ ਬੱਚੇ ਐਕਟਿਵ ਆ ਭਾਜੀ ਇਹ ਓਏ ਹੌਲੀ ਸੌਖਾ ਹੁੰਦਾ ਭਾਜੀ ਤਰੀ ਤੇ ਆਟਮ ਲਿਆਈ ਦੀ ਹੈ ਕਿ ਬੱਚੇ ਦੀ ਸਮਝ ਫੌਰੀ ਆ ਜਵੇ ਵੀ ਕਿਦਾਂ ਇਹ ਚਲਾਉਣੀ ਹੈ ਨਹੀਂ ਬਹੁਤ ਅੱਛਾ ਕੰਮ ਕਰਦੇ ਆ ਮਾਸ਼ਾਅੱਲਾ ਬੱਚਾ ਅੱਛਾ ਘੋੜਾ ਵਾ ਘੋੜਾ ਹੈ ਇਹ ਮੋਟਰਸਾਈਕਲ ਆ ਅੱਛਾ ਬੱਕਰੀ ਵੀ ਹੈ ਤੁਹਾਡੇ ਕੋਲ ਬੱਕਰੀ ਵੀ ਹੈ ਜਿੱਦਾਂ ਘੋੜਾ ਵਾ ਤਾਂ ਬੱਕਰੀ ਵੀ ਰੱਖੀ ਭਾਜੀ ਤੁਸੀਂ ਕਵੇਲੇ ਆਏ ਆ ਜਾਂ ਮੰਡੀ ਚ ਆਏ ਆ ਕੈਸੀ ਤੁਸੀਂ ਗੱਲ ਕਰੇ ਬੱਕਰੀ ਦਾ ਇੱਥੇ ਕੀ ਕੰਮ ਆ ਨਹੀਂ ਮੈਂ ਵੈਸੇ ਹੀ ਪੁੱਛਿਆ ਤੈਨੂੰ ਉਦਾਂ ਵੀ ਹੈ ਕਿ ਇੱਥੇ ਆ ਹੀ ਆਟਮ ਆਇਆ ਸਾਡੇ ਕੋਲ ਬੱਕਰੀ ਅੱਛਾ ਇਹ ਆਟਮ ਬੱਕਰੀ ਵੀ ਆ ਗਈ ਆ ਅੱਛਾ ਇਹ ਘੋੜੇ ਦੀ ਪੂਛ ਬਹੁਤ ਅੱਛੀ ਹੈ ਘਮਾਉਂਦਾ ਵੀ ਆ ਪੂਛ ਹੈ ਫਿਰ ਆ ਤੇ ਘੋੜਾ ਦਾ ਤਾਂ ਕੱਲੀ ਪੂਛ ਲੈ ਜਾਓ ਨਹੀਂ ਪੂਛ ਮੈਂ ਕੱਲੀ ਕੀ ਕਰਨਾ ਆਪ ਤੁਸੀਂ ਪਿੱਛੇ ਲਾ ਲਈਓ ਪਿੱਛੇ ਲਾ ਕੇ ਮੂੰਹ ਤੇ ਬਿੱਲਾ ਜਿਹਾ ਚੜਾ ਕੇ ਮੰਗਣ ਲੱਗ ਪਈ ਭਰਾ ਤੂੰ ਤੇ ਲੜਨ ਹੀ ਪੈਣਾ ਨਹੀਂ ਉਹ ਗਾਲੀ ਅੱਜ ਦੀ ਕਰਨ ਡਿਆ ਵੀ ਉਹਨੂੰ ਪਤਾ ਨਹੀਂ ਹੈਗਾ ਵੀ ਪੂਛ ਕੀ ਪੂਛ ਹੋਣੀ ਆ ਵੇ ਘੋੜਾ ਪੂਛ ਲਾਉਣ ਡਿਆ ਆ ਬੱਚੇ ਆ ਦੇਖੋ ਉਧਰ ਦੇਖੋ ਘੋੜਾ ਪੂਛ ਹਿਲਾਏਗਾ ਹਾਂ ਕੀ ਬਾਤ
ਇਹ ਪੂਛ ਕਿਉਂ ਹਿਲਾ ਰਿਹਾ ਜੀ ਇਸ ਟਾਈਮ ਹੈ ਪੂਛ ਕਿਉਂ ਹਿਲਾ ਰਿਹਾ ਇਹਦੀ ਪੂਛ ਦਾ ਟਾਈਮ ਹੋਇਆ ਆ ਲੈ ਨਹੀਂ ਨਹੀਂ ਉਹ ਕਪੂ ਉਹ ਆਹ ਤਾਂ ਸੱਚੀ ਹਿਲਾਉਣ ਡਿਆ ਵਾਹ ਵੈਰੀ ਗੁੱਡ ਬਈ ਇਹ ਕਿੰਨੇ ਦਾ ਦੇ ਰਹੇ ਜੀ ਇਹ ਤੁਸੀਂ ਦੇਖ ਲਓ ਭਾਜੀ ਕਰ ਲੈਂਦੇ ਆ ਇਹ ਕਿੰਨੇ ਦਾ ਜੀ ਇਹ ਭਾਜੀ 12:30 ਦਾ ਆ ਤੁਹਾਡੇ ਨਾਲ ਕਰ ਲੈਂਦੇ ਆ ਤੁਸੀਂ ਦੇਖ ਲਓ ਕੋਈ ਰਾਇਤ ਹੋ ਜਾਏਗੀ ਇਹਦੇ 'ਚ ਕੋਈ ਰਾਇਤ ਭਾਜੀ ਕਰ ਲਾਂਗੇ ਤੁਸੀਂ ਤੁਹਾਨੂੰ ਪਸੰਦ ਆਏ ਰਾਇਤ ਕਰੋ ਪਹਿਲੇ ਹੈ ਰਾਇਤ ਰਾਇਤ ਚਲੋ ਇਹ ਆ ਵੀ 12:30 ਦਾ ਆ ਠੀਕ ਹੈ ਕਿ ਨਹੀਂ ਤੁਸੀਂ ਕੋਈ 20-25 ਰੁਪਏ ਘੱਟ ਦੇ ਦਿਓ ਲੈ 20-25 ਰੁਪਏ ਘੱਟ ਤੇ ਫਿਰ ਇਦਾਂ ਕਰੋ 20-25 ਮਿਲਦੇ ਰਹੋ ਬਾਕੀ ਸਾਰੇ ਅਸੀਂ ਘੱਟ ਕਰ ਲੈਣੇ ਆ ਨਹੀਂ ਇਹ ਕਾਦੀ ਡਿਸਕਾਊਂਟ ਨਹੀਂ ਤੁਸੀਂ ਡਿਸਕਾਊਂਟ ਇੰਨਾ ਹੀ ਹੁੰਦਾ ਹੈ ਬਾਹਰ ਤੁਸੀਂ ਲਿਖਿਆ 20% ਡਿਸਕਾਊਂਟ ਲੈ 20 ਉਹ ਗੱਡੀਆਂ ਤੇ ਕਰ ਲਈਦਾ ਗੱਡੀ ਲੈ ਲਓ ਕੋਈ ਗੱਡੀ ਵੇਖ ਲਈਏ ਕੋਈ ਸੋਣੀ ਗੱਡੀ ਵੇਖ ਲੈਣੀ ਗੱਡੀ ਦੇਖ ਲਓ ਅੱਛਾ ਬੱਚਿਆਂ ਨੂੰ ਇੱਕ ਹੋਰ ਚੀਜ਼ ਪਈ ਹੈ ਬੱਚਿਆਂ ਲਈ ਬਿਸਕੁਟ ਪਏ ਆ ਭਾਜੀ ਟਾਫੀਆਂ ਪਈਆਂ ਆ ਦੇਖੋ ਤੁਸੀਂ ਲੈਣਾ ਐਂਡ ਇਹ ਹੀ ਹੈ ਮੈਨੂੰ ਜਿਹੋ ਜਿਹਾ ਤੁਹਾਡਾ ਨਵਾਂ ਨਕਸ਼ ਲੱਗਣ ਦਾ ਹੈ ਨਹੀਂ ਤੁਸੀਂ ਨਵਾਂ ਨਕਸ਼ ਕਿਉਂ ਅਲਹਮਦੁਲਿਲਾ ਆਪ ਤੁਹਾਨੂੰ ਇੰਨੀਆਂ ਚੀਜ਼ਾਂ ਉਹ ਗੱਡੀਆਂ ਵੇਖੋ ਜਿਹੜੀਆਂ ਸਾਹਮਣੇ ਲੱਗੀਆਂ ਵੇਖੋ ਉਹਦੇ ਵਿੱਚ ਮਰਸੀਡੀਜ਼ ਦਾ ਲੈਂਡ ਕਰੋਜ਼ਰ ਆ ਸਾਰੀਆਂ ਠੀਕ ਹੈ ਕਿ ਨਹੀਂ ਹੈ ਵੀ ਅੱਛੀ ਸੋਨੂੰ ਇਹਦੇ ਵਿੱਚ ਬੈਠ ਜ਼ਰਾ ਹਾਂ ਇਹ ਭਾਜੀ ਮਜ਼ਬੂਤ ਆ ਇਹ ਆ ਵੀ ਇੱਕ ਵਾਰੀ ਤੁਸੀਂ ਚੀਜ਼ ਲੈ ਜਾਓਗੇ ਨਾ ਦੁਬਾਰਾ ਤੁਹਾਨੂੰ ਆਉਣਾ ਨਹੀਂ ਪਏਗਾ ਇਹ ਬਾਜੀ 4x4 ਗੱਡੀ ਹੈ ਭਾਈ ਅੱਛਾ ਜੀ 4x4 ਗੱਡੀ ਹੈ ਇਹ ਭਾਜੀ ਹਾਂ ਆਡਾ ਇਹਦਾ ਫਾਈਨਲ ਦੱਸੋ ਕੀ ਲੈਣਾ ਹੈ ਇਹਦਾ ਫਾਈਨਲ ਕੀ ਇਹ ਤੁਸੀਂ ਹੁਣ ਤੁਹਾਡੇ ਦਿਨ ਚ ਆ ਗਈ ਹੈ ਹਾਂ ਜੀ ਬੱਚੇ ਨੂੰ ਪਸੰਦ ਆ ਹਾਂ ਓਏ ਬੇ ਇਹ ਹੈਗੀ 60,000 ਰੁਪਏ ਦੀ ਲਾਸਟ 60,000 ਦੀ 8,000 ਦੀ ਹੈ 8,000 ਦੀ ਜਾ ਉੱਥੇ ਜਰਾ ਪੱਕੇ ਥੱਲੇ ਹਵਾ ਲੈ ਲੈ ਪਹਿਲਾਂ ਜਾ ਕੇ ਤਾਂ ਕਿ ਤੇਰਾ ਦਿਮਾਗ ਕੰਮ ਕਰਨ ਨਾ ਪਵੇ 60,000 ਦੀ ਆ ਅੱਛਾ 60,000 ਦੀ ਆਹੋ ਅੱਛਾ 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 ਕਿੰਨਾ ਕੁ ਭਾਰ ਚੁੱਕ ਸਕਦੀ ਹੈ ਹੈ ਕਿੰਨਾ ਕੁ ਭਾਰ ਚੁੱਕ ਸਕਦੀ ਭਾਰ ਭਾਜੀ ਇਹ ਹੀ ਬੱਚਾ ਇੱਕ ਬੈਠਾ ਹੈ ਇੱਕ ਹੋਰ ਨਾਲ ਪਟਾ ਦੇ ਹੋਰ ਭਾਰ ਇਹਨੇ ਭਾਜੀ ਕਣਕ ਦੀਆਂ ਬੋਰੀਆਂ ਲੈ ਕੇ ਜਾਇਆ ਕਰਨੀਆਂ ਤਾਂ ਨਹੀਂ ਇਹਨਾਂ ਕੁਛ ਆਰ ਆ ਵੀ ਇਹਨੇ ਮੱਲੇ ਦੀਆਂ ਸਵਾਰੀਆਂ ਢੋਇਆ ਕਰਨੀਆਂ ਇਹ ਤਾਂ ਬੱਚਿਆਂ ਦੀ ਆਈਟਮ ਨਹੀਂ 4-5 ਜੀ ਬਹਿ ਕੇ ਤੇ ਮਰੀ ਜਾ ਸਕਦੇ 4-5 ਜੀ ਵਾਲੇ ਇੱਥੇ ਵਿੱਚ ਬਹਿ ਕੇ ਫੈਸਲਾ ਕਰਨਾ ਹੈ ਕਿਆਸੀ ਗੱਲ ਕਰ ਰਹੇ 4 ਜੀਆਂ ਦਾ ਕੰਮ ਕੀ ਇੱਥੇ ਤੁਸੀਂ ਇੰਨੇ ਪੈਸੇ ਲੈਂਦੇ ਆ ਇੰਨੇ ਪੈਸੇ ਕੀ ਤਿੰਨ ਬੰਦਿਆਂ ਨੇ ਕਿੰਨੇ ਪੈਸੇ ਜਿਹੜੇ ਤੂੰ ਦੇਣੇ 60,000 ਰੁਪਇਆ ਆ ਤੇ 60,000 ਕਿਹੜਾ ਵੀ ਕਿਤੇ ਦਰਖਤਾਂ ਨੂੰ ਲਾ ਕੇ ਲਿਆ ਕੇ ਦੇਣਾ ਅੱਛਾ ਮਿਹਨਤ ਦੀ ਕਮਾਈ ਤਾਂ ਅੰਦਰ ਆ ਜਿਹੜੇ ਲੋਕੀ ਲੈ ਕੇ ਜਾਂਦੇ ਦਰਖਤਾਂ ਨਹੀਂ ਲਾ ਕੇ ਲੈ ਕੇ ਜਾਂਦੇ ਇੱਥੇ ਲੱਖ ਲੱਖ 1.5-1.5 ਲੱਖ ਰੁਪਏ ਦਾ ਖਿਡੌਣਾ ਲੈ ਕੇ ਜਾਂਦੇ ਆਪਣੇ ਬੱਚਿਆਂ ਵਾਸਤੇ ਬੱਚਿਆਂ ਨਾਲੋਂ ਕਿਹੜੀ ਚੀਜ਼ ਦੇ ਅਜ਼ੀਜ਼ ਆ ਉਹ ਚਲ ਗਿਆ ਦੌਰ ਜਿਹੜਾ ਟਾਇਰ ਲਿਆ ਤੇ ਸੋਟੀ ਨਾਲ ਤੁਹਾਡੇ ਵਰਗੇ ਤੁਸੀਂ ਉੱਥੇ ਵਕਤ ਕੱਢਿਆ ਹੈ ਕਿੱਥੇ ਵਕਤ ਕੱਢਿਆ ਆ ਹਰ ਗੱਲ ਹੈ ਭਾਈ ਲਾ ਰਿਹਾ ਸਾਨੂੰ ਨਹੀਂ ਵੀ ਉਦੋਂ ਦੌਰ ਹੋਰ ਸੀ ਮੈਂ ਇਹ ਗੱਲ ਕਰ ਰਿਹਾ ਵੀ ਉਦੋਂ ਖਾਲੀ ਟਾਇਰ ਬੱਚਨ ਦਿੰਦੇ ਸੀ ਤੇ ਸੋਟੀ ਲੈ ਕੇ ਉਹ ਮਤਲਬ ਖੇਡਦਾ ਰਹਿੰਦਾ ਹੁੰਦਾ ਸੀ ਤੁਸੀਂ ਨਹੀਂ ਸੀ ਟਾਇਰ ਨਾਲ ਖੇਡਦੇ ਹੈ ਤੁਸੀਂ ਸੀ ਟਾਇਰ ਨਾਲ ਖੇਡਦੇ ਅਸੀਂ ਖੇਡੇ ਹੀ ਨਹੀਂ ਉਹ ਕਿ ਗੱਲ 'ਚ ਪਾ ਕੇ ਫਿਰਦੇ ਸੀ ਨਹੀਂ ਗੱਲ 'ਚ ਕਾਹਦੇ ਪਾ ਕੇ ਫਿਰਨਾ ਸੀ ਕੀ ਗੱਲ ਜਾ ਮੇਰੇ ਵੀਰ ਉਧਰ ਜਾ ਕੇ ਦੇਖ ਦਿਮਾਗ ਨਾਲ ਗੱਲ ਕਰੋ ਇਹਦੇ ਵਿੱਚ ਅਸੀਂ ਨਾਨਕਗਾਨ ਚਲੇ ਜਾਵਾਂਗੇ ਕਿ ਨਹੀਂ ਦੱਸੋ ਜੀ ਇਹਦੇ ਵਿੱਚ ਇਹਦੇ ਵਿੱਚ ਇਹਦੇ ਵਿੱਚ ਸੌਂ ਜੀ ਉਹਨਾਂ ਫਿਰ ਤੁਹਾਨੂੰ ਖਾਬ ਆਏਗਾ ਤੇ ਖਾਬ ਚਲੇ ਜਾਈਓ ਲੈ ਆ ਫੌਰੀ ਤੁਸੀਂ ਚਲੇ ਜਾਓ ਤੁਹਾਨੂੰ ਲੈ ਜਾਣਗੇ ਅਸੀਂ 60,000 ਵੀ ਭਰਨਾ ਹੈ ਤੇ ਇਹਦਾ 60,000 ਰੁਪਏ ਸਾਡੇ ਗੁਰਦੇ ਨਵੇਂ ਪਵਾਤੇ ਤੁਸੀਂ ਸਾਡੇ ਤੇ ਆਸਾਨ ਕੀਤਾ ਤੁਸੀਂ 60,000 ਦੀ ਗੱਡੀ ਹੈ 2,000 ਤੁਹਾਨੂੰ ਘੱਟ ਕਰ ਦਿੰਦੇ ਹੋਰ ਅਸੀਂ ਇੱਥੇ ਕੀ ਕਰ ਸਕਦੇ ਹਾਂ ਅੱਛਾ ਇਹਦੇ ਟਾਇਰ ਚਾਰੇ ਅਗਰ ਬਦਲਾਉਣੇ ਪੈਣ ਤੇ ਕਿੰਨੇ ਤੇ ਬਦਲਾ ਲਈਏ ਤੁਹਾਨੂੰ ਕਿਹੜਾ ਹੱਥ ਕੜੀ ਲੱਗੀ ਹੈ ਨਹੀਂ ਇਹ ਤੁਸੀਂ ਨਹੀਂ ਬਦਲਣਾ ਆਦ ਬਦਲਦਾਗੇ ਜਦੋਂ ਤੁਸੀਂ ਕਹੋਗੇ ਪੈਸੇ ਦੇ ਅਸੀਂ ਟਾਇਰ ਬਦਲ ਦਿਆਂਗੇ ਤੇ ਹੁਣੇ ਬਦਲ ਦਿਓ ਟਾਇਰ ਹੁਣ ਨਵੇਂ ਪਾਏ ਆ ਕਿੱਦਾਂ ਬਦਲ ਦਈਏ ਭਾਜੀ ਤੁਸੀਂ ਆ ਲਾ ਕੇ ਨਾ 22 ਵੀਲਰ ਵਾਲੇ ਪਾ ਦਿਓ ਆ ਉਹ ਮਜ਼ਬੂਤ ਰਹਿਣਗੇ ਇਸ ਤਰ੍ਹਾਂ ਵੱਡੇ 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 ਟਾਇਰ ਪਾ ਦਈਏ ਵੱਡੇ ਟਾਇਰ ਪਾ ਦਈਏ ਅੱਲਾ ਤੁਹਾਡਾ ਸਮਝ ਗਿਆ ਤੁਸੀਂ ਵੱਡੇ 22 ਵੀਲਰ ਦੇ ਟਾਇਰ ਜਾ ਮੇਰੇ ਵੀਰ ਉਧਰ ਦੇਖ ਲਓ ਅੱਗੇ ਗੱਡੀ ਹੈ ਦਿਮਾਗ ਨਾ ਖਾਓ ਅੱਗੇ ਦੇਖ ਲਓ ਨਹੀਂ ਅੱਗੇ 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 ਹੋ ਗਏ ਆਓ ਇਹਨੂੰ ਟਾਇਰ ਵੱਡੇ ਕਿੱਥੇ ਵਿਚਾਰ ਪੈਂਦੇ ਆ ਜਿਹੜੇ ਇਹਦੇ ਟਾਇਰ ਆ ਉਹ ਪੈੜੇ ਆ ਤੇ ਤੁਸੀਂ ਕਾਰੀਗਰ ਕਾਦੇ ਆ ਕਾਰੀਗਰ ਹੁਣ ਕਾਦੇ ਅਸੀਂ ਕਿੱਦਾਂ ਬੱਸ ਦੇ ਟਾਇਰ ਪਾ ਦਈਏ ਐ ਇਹ ਗੱਡੀ ਹੈ ਗਲਤ ਗੱਲ ਕਾਦੇ ਕਰੀ ਜਾਂਦੇ ਨਾਲੇ ਕਿਨ ਮੁੰਡੇ ਬੜੇ ਕਾਬਲ ਆ ਲੈ ਕਾਬਲ ਆ ਮੁੰਡੇ ਹੁਣ ਇਹਨੂੰ ਟਰੈਕਟਰ ਦੇ ਟਾਇਰ ਪਾਈ ਫਿਰਨ ਮੁੰਡੇ ਉਹ ਕੰਮ ਕਰ ਰਿਹਾ ਜਿਹੜਾ ਉਹਦਾ ਟਾਇਰ ਆ ਪਾਉਣ ਡਿਆ ਤੇ ਤੁਸੀਂ ਰੌਲਾ ਹੀ ਪਾਉਣ ਡਏ ਰੌਲਾ ਪਾਉਣ ਡਿਆ ਤੇਰਾ ਕੋਈ ਮਰੀਜ਼ ਦਾਖਲ ਆ ਵੀ ਆਪਰੇਸ਼ਨ ਹੋਣ ਡਿਆ ਅੰਦਰ ਕੈਂਚੀ ਰਹਿ ਜਾਣੀ ਆ ਭਾਜੀ ਤੁਸੀਂ ਇਹ ਵੱਡੀ ਗੱਡੀ ਦੇਖ ਲਓ ਆ ਦੇਖੋ ਆ ਦੇਖ ਲਓ ਗੱਡੀ ਦੇਖੋ ਮੈਂ ਤੇਰਾ ਹੌਦਰ ਬੱਚਿਆਂ ਵਾਸਤੇ ਉਹ ਵੀ ਚੀਜ਼ਾਂ ਦੇਖੋ ਦੇਖ ਲਓ ਸੋਨੂੰ ਵਾਸਤੇ ਫੀਡਰ ਵੇਖ ਲਓ ਆ ਦੇਖੋ ਧਿਆਨ ਰੱਖਣਾ ਇਹਨਾਂ ਦਾ ਭਾਜੀ ਆ ਫੀਡਰ ਵਿਖਾਇਓ ਜਰਾ ਵੈਮੀ ਜੇ ਆ ਵੈਮੀ ਜੇ ਆ ਸ਼ਾਬਾਸ਼ ਧਿਆਨ ਵੀ ਰੱਖਿਓ ਖੁੱਲਾ ਕੋ ਲੈ ਧਿਆਨ ਵੀ ਰੱਖਿਓ ਹਾਈ ਸਾਹਿਬ ਕੀ ਅਸੀਂ ਚੋਰ ਆ ਉਹ ਮੈਂ ਬੱਚੇ ਦਾ ਕਹਿਣ ਡਿਆ ਵੀ ਬੱਚੇ ਦਾ ਧਿਆਨ ਰੱਖਿਓ ਬੱਚਾ ਡਿੱਗ ਜਾਂਦਾ ਸਾਡਾ ਕੀ ਗੱਲ ਨਹੀਂ ਡਿੱਗ ਜਾਂਦਾ ਨਹੀਂ ਮੈਂ ਵੈਸੇ ਕਹਿਣ ਡਿਆ ਆਣ ਨਾ ਨਿਕਲ ਜਾਵੇ ਗਵਾਈ ਨਾ ਜਾਵੇ ਗਵਾਜ ਨਾ ਜਾਵੇ ਦੀਆਂ ਗਲਤ ਗੱਲਾਂ ਕਰੀ ਜਾਂਦੇ ਨੇ ਭਾਈ ਸਾਹਿਬ ਇਹ ਫੀਡਰ ਕਿੰਨੇ ਦਾ ਹੈ ਇਹ ਕਿੰਨੇ ਦਾ ਇਹ ਤੂੰ ਪੀਣਾ ਹੈ ਨਹੀਂ ਮੈਂ ਕੱਲ ਹੀ ਪੀਣਾ ਮੈਂ ਰੋਣ ਡਿਆ ਆ ਵੀ ਬੱਚਾ ਤੁਹਾਡਾ ਫੀਡਰ ਪੀਂਦਾ ਹੈ ਆਹੋ ਬੱਚਾ ਫੀਡਰ ਪੀਂਦਾ ਹੋਰ ਸਿਗਰਟਾਂ ਪੀਂਦਾ ਹਾਂ
ਗੱਲ ਤੁਸੀਂ ਲੈਣ ਕੁਛ ਆਏ ਆ ਚੁੱਕੀ ਤੁਸੀਂ ਕੁਛ ਮੈਂ ਕਹਿੰਦਾ ਗੱਡੀ ਦੇ ਵਿੱਚ ਰੱਖ ਲਾਂਗੇ ਗੱਡੀ ਦੇ ਵਿੱਚ ਰੱਖ ਲਾਂਗੇ ਪਹਿਲਾਂ ਗੱਡੀ ਤੇ ਲੈ ਲਾ ਲੈ ਲਾਂਗੇ ਗੱਡੀ ਹਾਂ ਅੱਛਾ ਕਿੰਨੇ ਦੀ ਸਭ ਆ ਦੱਸੋ ਇਹਨਾਂ ਨੂੰ ਕਿੰਨੇ ਦੇ ਦਿਮਾਗ ਖਾ ਲਿਆ ਹੁੰਦੇ ਹਾਈ ਸਾਹਿਬ ਇਹ 490 ਰੁਪਏ ਦੀ ਹੈ ਹਾਂਜੀ 400 ਤੁਸੀਂ ਪਾ ਲਈਏ 90 ਮੈਂ ਪਾ ਦਿੰਦਾ ਇਹਨੂੰ ਲੈ ਦਿਓ ਕਹਿੰਦਾ ਮੂੰਹ ਉਹਦਾ ਖੁੱਲਾ ਰਹਿੰਦਾ ਵਿੱਚ ਚੂਸ ਨਹੀਂ ਪਸਾ ਕੇ ਬੈਠਾ ਰਹੇਗਾ ਤੁਸੀਂ ਬੱਚਾ ਹੀ ਦੇ ਦਿਓ ਖਾ ਅਸੀਂ ਚੂਸ ਨਹੀਂ ਇੱਥੇ ਪਾ ਕੇ ਗੱਡੀ ਦੇ ਵਿੱਚ ਉਹਨੂੰ ਉਹਦੇ ਮੂੰਹ 'ਚ ਪਾ ਦੇਵਾਂਗੇ ਇਹ ਨਹੀਂ ਤੇ ਆਹ ਵੀ ਬੱਚਾ ਹੀ ਹੈ ਕੋਈ ਇਹਦੀ ਵੀ ਸੇਵਾ ਕਰੋ ਭੋਰਾ ਦਵਾ ਲੈ ਲਓ ਸੇਵਾ ਕਰਨੀ ਕਿੰਨੀ ਦੇਰ ਹੋ ਗਈ ਇਹਨਾਂ ਕੋਲ ਕੰਮ ਕਰਦੇ ਆ ਮੈਨੂੰ ਇਹਨਾਂ ਕੋਲ 20 ਸਾਲ ਹੋ ਗਏ ਕੰਮ ਕਰਦੇ ਆ 20 ਸਾਲ 20 ਸਾਲ ਹੋ ਗਏ ਕੰਮ ਕਰਦੇ ਮੈਨੂੰ 10 ਸਾਲ ਹੋ ਗਏ ਸ਼ੁਰੂ ਕੀਤੇ ਯਾਨੀ ਕਿ ਐਡਵਾਂਸ ਹੀ 10 ਸਾਲ ਆ ਗਏ ਸੀ ਤੁਹਾਡੇ ਕੋਲ ਨਹੀਂ ਮੇਰੇ ਨਾਲ ਪਹਿਲਾਂ ਵੀ ਕੰਮ ਕਰਦਾ ਰਿਹਾ ਇਹ ਤੈਨੂੰ ਕਿਤੇ ਭੋਰੇ 'ਚ ਬੰਦ ਕੀਤਾ ਉਹਨਾਂ ਨੇ ਕੈਸੀ ਸਿਹਤ ਹੋਈ ਤੇਰੀ ਯਾਰ ਭਾਈ ਦਿਮਾਗ ਨਾ ਖਾਓ ਯਾਰ ਚੀਜ਼ ਲਵੋ ਯਾਰ ਇਹ ਲੈ ਲਓ ਆ ਵੱਡੀ ਗੱਡੀ ਆ ਖੁੱਲੀ ਗੱਡੀ ਜਿੱਦਾਂ ਮਰਜ਼ੀ ਇਹ ਤੁਹਾਡਾ ਭਾਰ ਚੁੱਕਦੀ ਗੱਡੀ ਹਾਂ ਇਹਦੇ 'ਚ ਬਹਿ ਕੇ ਚਨੋਟ ਨਿਕਲ ਜਾਓ ਤੁਸੀਂ ਭਾਜੀ ਇਹ ਗੱਡੀ ਮਜ਼ਬੂਤ ਆ ਇਹ ਗੱਡੀ ਭਾਜੀ ਮਜ਼ਬੂਤ ਆ ਇੱਕ ਬੰਦਾ ਇਹ 'ਚ ਬਹਿ ਸਕਦਾ ਹੈ ਭਾਜੀ ਮੈਂ ਤੁਹਾਨੂੰ ਬਹਿ ਕੇ ਚੈੱਕ ਕਰਾ ਦਿੰਦਾ ਫਿਰ ਤੁਹਾਡੀ ਤਸੱਲਾ ਹੋ ਜਾਏਗੀ ਯਾਰ ਤੋਦੀ ਵਿੱਚ ਬਹਿ ਜਰਾ ਤੋਦੀ ਬੈਠ ਜਰਾ ਤੁਹਾਡੀ ਤਸੱਲਾ ਹੋ ਜਾਏਗੀ ਫਿਰ ਲੈ ਜੀ ਦੇਖੋ ਬੈਠੋ ਤੁਸੀਂ ਤੋਦੀ ਬਹਿ ਜਰਾ ਵਿੱਚ ਇਹ ਬੰਦੇ ਉਧਰ ਇਹ ਲਓ ਲੈ ਭਾਜੀ ਹੁਣ ਇਹ ਤੋਂ ਜ਼ਿਆਦਾ ਮਜ਼ਬੂਤ ਕੋਈ ਨਹੀਂ ਹੋ ਸਕਦੀ ਦੇਖੋ ਅੱਛਾ ਜੀ ਵੈਰੀ ਗੁੱਡ ਬਈ ਆ ਦੇਖੋ ਓਏ ਹੋਏ ਹੋਏ ਓਏ ਹੋਏ ਹੋਏ ਆ ਲੋ ਜੀ ਕੋਈ ਤਾਂ ਭਾਰ ਵੀ ਚੁੱਕੀ ਫਿਰਦੀ ਇਹਦਾ ਲਓ ਭਾਜੀ ਸਾਨੂੰ ਕਿਹੜਾ ਭਾਰ ਹੈ ਤੁਹਾਡੀ ਤਸੱਲੀ ਚਾਹੀਦੀ ਹੈ ਦੋਵੇਂ ਜੀ ਆਂ ਜੀ ਬਸ ਅੱਛਾ ਜੀ ਆ ਦੇਖੋ ਇਹ ਹੁਣ ਆਰਾਮ ਨਾਲ ਜਿੱਥੇ ਮਰਜ਼ੀ ਚਲ ਜਾਓ ਸ਼ਹਿਰ ਭੇਜ ਦੇ ਸੌਦਾ ਲਾਏਗਾ ਜਿੱਥੇ ਮਰਜ਼ੀ ਬੱਚਾ ਵੀ ਆ ਜਾਏਗਾ ਬੱਚਾ ਵੀ ਨਾਲ ਆ ਜਾਏਗਾ ਜੀ ਸਮੇਂ ਤਾਂ ਵੇਖੋ ਭਾਜੀ ਦਿਲੋਂ ਬੱਚਾ ਵੀ ਬਹਿ ਗਿਆ ਤੁਸੀਂ ਵੀ ਆ ਜਾਓ ਤੁਸੀਂ ਕਿੱਥੇ ਆ ਜਾਓ ਨਹੀਂ ਚਲੋ ਉਤਰੋ ਠੀਕ ਹੋ ਗਈ ਆ ਅੱਛੀ ਆ ਗੱਡੀ ਕਿਉਂ ਬੱਚੇ ਇਹ ਪਿਆਰੀ ਲੱਗੀ ਆ ਗਾੜੀ ਠੀਕ ਹੈ ਭੈਣ ਹਾਂਜੀ ਹੁਣ ਦੱਸੋ ਜੀ ਇਹ ਤੋਂ ਜ਼ਿਆਦਾ ਮਜ਼ਬੂਤ ਕੀ ਹੋ ਸਕਦਾ ਨਹੀਂ ਗੱਡੀ ਮਤਲਬ ਤੁਸੀਂ ਸਕੂਨ ਨਾਲ ਬਹਿ ਕੇ ਨਾ ਜਿੱਦਾਂ ਤੁਹਾਡਾ ਕੱਦ ਦਾ ਤੁਹਾਡੇ ਵਾਸਤੇ ਵੀ ਗੱਡੀ ਆ ਤੁਸੀਂ ਬੱਚੇ ਨਾਲ ਦੋ ਗਿੱਡਾ ਉੱਚੇ ਆ ਐਡਾ ਤਾਂ ਕੱਦ ਹੈ ਹੀ ਨਹੀਂ ਤੁਸੀਂ ਜਿੱਥੇ ਮਰਜ਼ੀ ਹੋ ਜਾਂਦੇ ਹੋ ਤੁਸੀਂ ਵੀ ਹੋ ਸਕਦੇ ਹੋ ਅੱਛਾ ਮੈਨੂੰ ਇਹ ਦੱਸੋ ਇਹ ਗੱਡੀ ਜਿਹੜੀ ਹੈ ਨਾ ਹੈ ਤਾਂ ਮਜ਼ਬੂਤ ਆ ਕਜ਼ਨ ਦੀ ਸ਼ਾਦੀ ਆ ਰਹੀ ਉਹ ਸਜਾ ਸਕਦਾ ਵਾ ਵਿਆਹ ਤੇ ਸਜਾ ਦੋ ਭਾਜੀ ਜਿੱਦੇ ਮਰਜ਼ੀ ਸਜਾ ਦੋ ਇਹਦੇ ਉੱਤੇ ਭਾਵੇਂ ਤੁਸੀਂ ਝੰਡੀਆਂ ਲਾਓ ਇਹਦੇ ਉੱਤੇ ਜੋ ਮਰਜ਼ੀ ਲਾਓ ਤੇ 6 ਜੀ ਬਹਿ ਵੀ ਜਾਣਗੇ ਇਹ ਚ ਹੈ 6 ਜੀ ਬਹਿ ਛੇਆ ਜੀਆਂ ਨੇ ਕੀ ਉੱਥੇ ਜਾ ਕੇ ਛੱਤਾਂ ਬਦਲਣੀਆਂ ਹੈ ਵੀ ਛੇਆ ਜੀਆਂ ਨੇ ਉੱਥੇ ਜਾ ਕੇ ਸ਼ਗਨ ਕਰਨ ਜਾਣਾ ਮੁੰਡੇ ਦੇ ਦਿਨ ਰੱਖਣ ਜਾਣੇ ਆ ਤੂੰ ਪੱਲਾ ਚੱਲ ਜਾ ਕਰ ਤੇ ਮੈਂ ਕਿਦਾਂ ਤੂੰ ਬੱਚਿਆਂ ਦੀ ਸ਼ਾਮਲ ਆ ਭਾਜੀ ਤੁਸੀਂ ਗੱਡੀ ਲੈ ਲਓ ਤੁਹਾਡੇ ਦੋਹਾਂ ਜੀਆਂ ਦੀ ਨੇ ਆਖਦਾ ਸਵਾਰ ਦੇਣੀ ਆ ਹਾਂ ਐਡੀ ਅੱਛੀ ਗੱਡੀ ਹੈ ਇੱਕ ਜਣਾ ਬਹਿ ਗਿਆ ਨਾ ਜਾਂਦਾ ਹੈ ਨਾ ਹਾਂ ਠੀਕ ਹੈ ਹੁਣ ਤੁਸੀਂ ਜਾਣਾ ਜਾ ਕੇ ਜਿੱਥੇ ਮਰਜ਼ੀ ਹੋਇਓ ਤੁਸੀਂ ਵਾਪਸ ਆਓ ਤੇ ਇਹਨਾਂ ਨੂੰ ਭੇਜ ਦਿਓ ਇਹਨੇ ਕਿ ਕੱਲੇ ਕੱਲੇ ਜੋੜਾ ਨਹੀਂ ਜਾ ਸਕਦਾ ਤੇ ਕੱਲੇ ਕੱਲੇ ਕੀ ਮਤਲਬ ਤੁਸੀਂ ਬੰਨੇ ਆ ਤੁਹਾਡੇ ਸੰਗਲ ਪਿਆ ਹੈ ਨਹੀਂ ਨਹੀਂ ਸਾਡੀ ਇਹ ਤੈਨੂੰ ਪਤਾ ਕਿ ਅਸੀਂ ਨਹੀਂ ਜਾਂਦੇ ਕੱਲੇ ਕੱਲੇ ਇੱਕ ਦੂਜੇ ਤੋਂ ਬਗੈਰ ਨਹੀਂ ਜਾਂਦੇ ਦੋ ਲੈ ਲਓ ਆ ਦੋਵੇਂ ਨਹੀਂ ਜਾਂਦੇ ਬਰਾਬਰ ਚੜਾਈ ਜਾਈਓ ਨਹੀਂ ਅਸੀਂ ਰੇਸਾਂ ਲਾਉਣੀਆਂ ਆ ਅਗਲੇ ਸਮੇਂ ਤਾਂ ਪਾਗਲ ਫਿਰਨ ਦੇ ਸੋਨੀ ਜੀ ਗੱਡੀ ਲਈ ਨਾ ਤੇ ਬਰਾਤ ਇਹਦੇ ਤੇ ਹੀ ਲੈ ਕੇ ਜਾਵਾਂਗੇ ਆਹੋ ਇਹ ਕਿਉਂ ਭਾਜੀ ਇਹਦੇ ਗੁਲਾਬ ਦੇ ਫੁੱਲ ਲਾ ਕੇ ਸਜਾ ਗੱਡੀ ਲੈ ਲਓ ਸਾਡੇ ਲੋ ਬਰਾਤ ਲੈ ਜਾਓ ਬਾਜੇ ਵਾਲੇ ਲੈ ਜਾਓ ਜੋ ਮਰਜ਼ੀ ਲੈ ਜਾਓ ਸਾਨੂੰ ਕੀ ਇਤਰਾਜ਼ ਹੈਗਾ ਜਦੋਂ ਗੱਡੀ ਤੁਹਾਨੂੰ ਦੇ ਹੀ ਦੇਣੀ ਹੈ ਅਸੀਂ ਅੱਛਾ ਗੱਡੀ ਦੀ ਬਾਅਦ ਚੋਂ ਗੱਲ ਕਰਦੇ ਹਾਂ ਹੋਰ ਆਈਟਮ ਵੀ ਦਿਖਾਓ ਭਾਜੀ ਹੋਰ ਆਈਟਮ ਇਹ ਅੱਗ ਵੀ ਇੱਕ ਆਈਟਮ ਹੈ ਗੱਲਾਂ ਕਰਨ ਦੇ ਮੂੰਹ ਤੇ ਇੱਧਰ ਕਰੋ ਹਾਈ ਸਾਹਿਬ ਅਸੀਂ ਉੱਧਰ ਬੈਠੇ ਹਾਂ ਮੂੰਹ ਤੇ ਇੱਧਰ ਕਰੋ ਮੈਨੂੰ ਦੱਸੋ ਕੀ ਲੈਣਾ ਕੀ ਇੱਕ ਲੈਣ ਤੁਸੀਂ ਕੁਝ ਵੀ ਲੈ ਗੱਡੀਆਂ ਸਾਰੀਆਂ ਵੇਖ ਲਈਆਂ ਤੇ ਹਾਈ ਸਾਹਿਬ ਵੇਖਣ ਤੋਂ ਬਾਅਦ ਕੀ ਉਹ ਵੇਖਣ ਤੋਂ ਭਰਾ ਮੇਰੇ ਗੱਡੀਆਂ ਸਾਰੀਆਂ ਵੇਖ ਲਈਆਂ ਆਈਟਮਾਂ ਵੇਖ ਲਈਆਂ ਸਾਰਾ ਕੁਝ ਤੁਹਾਨੂੰ ਦਿਖਾਈ ਜਾਂਦੇ ਆ ਹਾਈ ਸਾਹਿਬ ਕੋਈ ਅੱਛੀ ਜੀ ਆਈਟਮ ਦਿਖਾਓ ਅੱਛੀ ਜੀ ਬਦਰਾ ਜਬ ਛਾਏ ਤੂੰ ਬਹੁਤ ਯਾਰ ਕੈਸੀ ਆਈਟਮ ਭਾਜੀ ਓਏ ਆ ਆਈਟਮ ਨਹੀਂ ਕਹਿ ਰਿਹਾ ਮੈਂ ਹਾਈ ਸਾਹਿਬ ਮੈਂ ਇਹ ਚੀਜ਼ਾਂ ਜਿਹੜਾ ਮੈਂ ਤੈਨੂੰ ਸਾਰੀਆਂ ਨੂੰ ਦਿਖਾਈ ਜਾਣ ਦੇ ਹੋਰ ਤੂੰ ਕੋਈ ਆਈਟਮ ਕਿਹੜੀ ਦਿਖਾਉਣੀ ਆ ਹੁਣ ਟੂਪਾ ਤੋੜ ਨਾ ਪਾਵਾਂ ਮੈਂ ਇੱਥੇ ਨਹੀਂ ਉਹ ਵਾਕਰ ਨਹੀਂ ਪਈ ਬੱਚੇ ਵਾਲੀ ਹਾਂ ਉਹ ਭਾਈ ਸ਼ਾਕਰ ਬਾਕਰ ਵੀ ਪਏ ਆ ਠੀਕ ਆ ਹਰ ਚੀਜ਼ ਪਈ ਆ ਜਿਹੜੀ ਤੂੰ ਚੀਜ਼ ਲੈਣੀ ਆ ਵੀਰ ਮੇਰਿਆ ਉਹ ਮੈਨੂੰ ਦੱਸ ਉਸ ਤੇ ਹਾਈ ਸਾਹਿਬ ਜਿਹੜੀ ਚੀਜ਼ ਅੱਛੀ ਲੱਗੇਗੀ ਬੱਚਿਆਂ ਨੂੰ ਪਸੰਦ ਆ ਗਈ ਹੋਰ ਕਿਹੜੀ ਲੈਣੀ ਆ ਮੈਨੂੰ ਦੱਸ ਓਏ ਤੋਤੀ ਬੇਟਾ ਤੂੰ ਪਸੰਦ ਆ ਲਿਆ ਕੇ ਦਿਖਾ ਕਹਿੰਦਾ ਨਹੀਂ ਪਸੰਦ ਦੇਖਿਆ ਹਾਂ ਭਾਜੀ ਤੁਸੀਂ ਤੇ ਕਹਿੰਦੇ ਸੀ ਅਸੀਂ ਮੁਤਮੀਨ ਆ ਇੱਥੇ ਉਹ ਅਸੀਂ ਤਾਂ ਮੁਤਮੀਨ ਆ ਬੱਚੇ ਨੇ ਜਾਇਆ ਕਰਨਾ ਫਿਰਨ ਤੈਨੂੰ ਕਹਿੰਦਾ ਨਹੀਂ ਪਸੰਦ ਬੱਚੇ ਦੇ ਭਾਅ ਉਹ ਬੱਚਾ ਕਹਿੰਦਾ ਪਸੰਦ ਆ ਬੇਟਾ ਤੈਨੂੰ ਨਹੀਂ ਨਾ ਪਸੰਦ ਪਸੰਦ ਹਾਂ ਨਹੀਂ ਨਹੀਂ ਪਸੰਦ ਪਸੰਦ ਆ ਉਹ ਕਹਿ ਰਿਹਾ ਪਸੰਦ ਆ ਸਿਰ ਮਤਲਬ ਕਿ ਨਹੀਂ ਪਸੰਦ ਆ ਦੇਖੋ ਆ ਕਹਿ ਰਿਹਾ ਨਹੀਂ ਪਸੰਦ ਆ ਉਹ ਕਹਿੰਦਾ ਮੈਂ ਲੈ ਲੈਂਦੇ ਆ ਸਹੀ ਆ ਵੈਰੀ ਗੁੱਡ ਵੈਰੀ ਗੁੱਡ ਇਹ ਭਾਜੀ ਮਜ਼ਬੂਤ ਹਾਂ ਭਾਜੀ ਇਹ ਬਿਲਕੁਲ ਮਜ਼ਬੂਤ ਜਿਵੇਂ ਇਹ ਗੱਡੀ ਮਜ਼ਬੂਤ ਹੈ ਨਾ ਇੰਜੀ ਬਾਕਰ ਮਜ਼ਬੂਤ ਤੇ ਭਾਜੀ ਇਹ ਕਿੰਨੇ ਦੀ ਹੈ ਮਹਿੰਗਾਈ ਵੱਲੋਂ ਕਹਿ ਰਹੇ ਅਸੀਂ ਜੈਸੀ ਚੁੱਲਾ ਤੁਹਾਡੇ ਅੱਗੇ ਰੱਖਤਾ ਆ ਭੜਾਪੜੂ ਨਿਕਲਣ ਡਿਆ ਅੱਗ ਦਾ
ਬਾਕਰ ਆ ਇਹ ਮਾਸਾ ਕੋ ਬਾਕਰ ਹੈ ਮਾਸਾ ਆ ਹੁਣ ਤੈਨੂੰ 6 ਮਰਲੇ ਚ ਬਾਕਰ ਲਿਆ ਦਈਏ बहुत मजबूत मजबूत बाई साल तो साड़ी शॉप इथे अजण वाले रोड ते पंप दे नाल ठीक है कि नहीं बेबी लैंड टॉय शॉप ओ बेबी लैंड टॉय शॉप हां जी हां जी मेनू पता है ਤੁਸੀਂ ਵੇਖਿਆ ਹੋਣਾ ਹਾਂਜੀ ਅਸੀਂ ਬੇਬੀ ਲੈਂਡ ਵਾਲੇ ਤੇ ਜਿਹਨੂੰ ਮਰਜ਼ੀ ਬਾਜੀ ਪੁੱਛ ਲਓ ਔਰ ਅੱਲਾ ਦੀ ਮਿਹਰਬਾਨੀ ਨਾਲ ਫੈਸਲਾਬਾਦ ਵਿੱਚ ਜੈਸੀ ਵੈਰਾਈਟੀ ਸਾਡੇ ਕੋਲ ਹੈ ਨਾ ਮੇਰੇ ਹਿਸਾਬ ਨਾਲ ਫੈਸਲਾਬਾਦ ਕਿਤੇ ਵੀ ਨਹੀਂ ਹੈ ਹਾਂ ਨਹੀਂ ਨਹੀਂ ਔਰ ਅਲਹਮਦੁਲਿਲਾ ਅਸੀਂ ਕੱਲੀ ਕੱਲੀ ਚੀਜ਼ ਦੇ ਗਰੰਟਡ ਆ ਤੁਹਾਡੀ ਚੀਜ਼ ਖਰਾਬ ਹੋਵੇ ਸਾਡੇ ਕੋਲ ਲੈ ਆਓ ਅਸੀਂ ਉਹਨੂੰ ਮੁਰੰਮਤ ਵੀ ਕਰਾਂਗੇ ਇਨਸ਼ਾਅੱਲਾ ਜਿੰਨਾ ਹੱਦ ਤੱਕ ਹੋ ਸਕਦਾ ਅਸੀਂ ਤੁਹਾਨੂੰ ਰਾਜ਼ੀ ਕਰਾਂਗੇ ਪੱਕੀ ਗੱਲ ਹੈ ਪੱਕੀ ਕਰਾਂਗੇ ਅਗਰ ਇੱਥੇ ਤੁਹਾਡੇ ਕੋਲ ਆਏ ਤਾਂ ਮੁਰੰਮਤ ਕਰਦਿਆ ਕਰੋਗੇ ਭਾਜੀ ਬੇਬੀ ਲੈਂਡ ਵਾਲੇ ਨੇ ਕੀਤਾ ਕੀ ਸਾਰੀ ਜ਼ਿੰਦਗੀ ਤੇ ਸਾਡੀ ਫ੍ਰਿਜ ਖਰਾਬ ਹੋ ਲੈਮ ਫਿਰ ਹੈ ਨਹੀਂ ਆਈ ਸਾਹਿਬ ਆ ਵੇਖ ਲਓ ਆਟਮ ਕਿੰਨਾ ਪਿਆਰਾ ਲੱਗ ਰਿਹਾ ਬੱਚਾ ਕਿਟਾ ਮਾਸ਼ਾਅੱਲਾ ਮਾਸ਼ਾਅੱਲਾ ਹਰ ਚੀਜ਼ ਤੁਸੀਂ ਮੁਰੰਮਤ ਕਰਦਿਆ ਕਰੋਗੇ ਹੈ ਕੋਈ ਠੀਕ ਕਰਦਿਆ ਕਰੋ ਕੋਈ ਚੀਜ਼ ਕੱਲ ਨੂੰ ਜੁੱਤੀ ਘੜਾਉਣਾ ਅੱਜ ਵੀ ਤੇ ਆਈ ਸਾਹਿਬ ਕੋਈ ਨਹੀਂ ਤੁਹਾਡੇ ਇਥੋਂ ਛੀ ਕੱਢ ਲਈ ਤੁਹਾਨੂੰ 20 22 ਸਾਲ ਕੰਮ ਕਰਦੇ ਹੋ 20 22 ਸਾਲ ਯਾਰ ਬੇਬੀ ਲੈਣ ਵਾਲੇ ਜਿਹੜੇ ਆ ਨਾ ਸਿਰਫ ਗੱਡੀਆਂ ਬੱਚਿਆਂ ਦੇ ਖਿਡੌਣੇ ਯਾਨੀ ਉਹਦੇ ਵਿੱਚ ਹਰ ਆਈਟਮ ਅੱਛਾ ਅੱਲਾ ਦੀ ਮਿਹਰਬਾਨੀ ਦੇ ਨਾਲ ਇਹ ਜੜਾ ਵਾਲੇ ਰੋਡ ਦੇ ਪੰਪ ਦੇ ਨਾਲ ਜਿੱਥੋਂ ਮਰਜ਼ੀ ਪੁੱਛ ਲਓ ਅੱਛਾ ਜੀ ਤੁਸੀਂ ਬੱਚੇ ਬੱਚੇ ਨੂੰ ਪੁੱਛ ਲਓ ਅੱਛਾ ਗੈਸ ਵਾਲਾ ਚੁੱਲਾ ਵੀ ਠੀਕ ਕਰ ਦਿੰਨੇ ਹੈ ਗੈਸ ਵਾਲਾ ਚੁੱਲਾ ਭਾਜੀ ਇੱਥੇ ਆਓ ਜਰਾ ਹਵਾ ਲੈ ਲਓ ਪੱਕੇ ਅੱਗੇ ਤੁਹਾਡਾ ਦਿਮਾਗ ਸਹੀ ਹੋ ਜੂਗਾ ਨਹੀਂ ਨਹੀਂ ਮੈਂ ਤੁਹਾਨੂੰ ਪਤਾ ਨਹੀਂ ਤੁਹਾਡੀ ਗੁਰਬਤ ਨੇ ਮਤ ਮਾਰੀ ਆ ਪੁੱਠੀ ਗੱਲ ਕਰੀ ਜਾਣ ਦਾ ਨਹੀਂ ਉਹ ਪੁੱਛਣ ਚ ਕੋਈ ਹਰਜ ਨਹੀਂ ਹੈਗਾ ਉਹ ਬੰਦਾ ਪੁੱਛਣ ਦੇ ਹਰਜ ਨਹੀਂ ਭਾਜੀ ਤੁਸੀਂ ਕੋਮੇ ਦੀ ਗੱਲਾਂ ਕਰਨ ਨਾ रोटी बंदा की है मेनु तो हाजी साहब मेरी समझ नहीं आउन दई है मैं वो बंदा कहन दिया भी बच्चे नु बिठा के इत्थे रोटी खवा सकदा कहिंदा मैं इत्थे वलीमा रख लवां 400 बंदा इत्थे बह जाएगा ਨੇ ਤੁਸੀਂ ਕਿਹਾ ਵੀ ਤੇ ਨਹੀਂ ਤੈਨੂੰ ਪਾਰਕ ਬੁੱਕ ਕਰਵਾਤਾ ਹੈ ਇਹ ਤਾਂ ਬੱਚਿਆਂ ਵਾਸਤੇ ਆ ਚਲੋ ਫਿਰ ਬੱਚੇ ਬਿਠਾ ਦੇਗੇ ਬੱਚੇ ਹਾਂ ਬੱਚਾ ਵੀ ਸ਼ੌਕ ਹੋ ਹੀ ਜਾਣਾ ਵਿੱਚ ਸ਼ੌਕ ਹੋ ਜਾਣਾ ਬੱਚਾ ਉਹ 100 ਕੀੜੇ ਆ ਉਹ ਵੀ ਬੱਚਿਆਂ ਨੇ ਟੋਟੇ ਕਰਕੇ ਇਹਦੇ ਵਿੱਚ ਲੈ ਪਾਉਣੇ ਆ ਤੂੰ ਇਹਦੇ ਇੱਕ ਬੱਚਾ ਬੈਠਾ ਹੈ ਸਕੂਨ ਨਾਲ ਪੜ ਲਿਖ ਵੀ ਸਕਦਾ ਰੋਟੀ ਵੀ ਖਾ ਸਕਦਾ ਆ ਇਹਦੇ ਵਿੱਚ ਕਿੰਨੇ ਹੀ ਆਈਟਮ ਆ ਭਾਜੀ ਚਲੋ ਇਦਾਂ ਦੱਸਣ ਵੀ ਇੱਕ ਇੱਕ ਬੱਚਾ ਹਾਂ ਸਹੀ ਆ ਅਸੀਂ ਫਿਰ ਤੁਹਾਡੇ ਕੋਲੇ 100 ਲੈ ਜਾਾਂਗੇ ਹਾਂ ਹਾਂ ਐਦਾਂ ਕਰ ਲਓ 100 ਲੈ ਜਾਾਂਗੇ 100 ਲੈ ਜਾਾਂਗੇ ਰੋਟੀ ਖਾ ਕੇ ਵਾਪਸ ਕਰ ਜਾਾਂਗੇ ਨਹੀਂ ਵਾਪਸ ਕੋ ਕਰ ਦਾਂਗੇ ਕੀ ਗੱਲ ਆ ਇਹ ਟੈਂਟ ਸਰਵਿਸ ਵਾਲੇ ਦੁਕਾਨ ਆ ਨਹੀਂ ਉਹ ਵਾਪਸ ਵੀ ਅਸੀਂ ਬਰਤਨ ਕਰਾਏ ਦਿੰਦੇ ਤੰਬੂ ਕੁੜਾਤਾ ਦਿੰਦੇ ਆ ਕਿਹੜੀ ਗੱਲ ਤੂੰ ਕਰਨ ਨੇ ਆਇਆ ਇਹ ਨਹੀਂ ਤੂੰ ਵਾਪਸ ਨਹੀਂ ਲੈਣੀ ਮੁੰਡੇ ਨਹੀਂ ਵਾਪਸ ਕੀ ਗੱਲ ਆ 500 ਆ ਵੀ ਜੇ ਤੂੰ ਵਾਪਸ ਪੈਸੇ ਲੈਣੇ ਤੁਸੀਂ ਤਾਂ ਕਿਰਾਇਆ ਲੈ ਲਿਆ ਨਹੀਂ ਕਿਰਾਇਆ ਕਾ ਤੇ ਤੈਨੂੰ ਦਰੀਆਂ ਦਿੱਤੀਆਂ ਆ ਸਿਆਣਿਆ ਤੇਰੇ ਦਾ ਕੱਠ ਆ ਗਿਆ ਮਰ ਗਏ ਤੇਰੇ ਸਿਆਣੇ ਉਹਨਾਂ ਦੇ ਕੁੱਲ ਪੜਨੇ ਆ ਤੂੰ ਦਰੀਆਂ ਤੈਨੂੰ ਦਿੱਤੀਆਂ ਵੀ ਜਿਹੜਾ ਕਿਰਾਇਆ ਲੈਣਾ ਭਾਈ ਸਾਹਿਬ ਇਹਦਾ ਫਾਇਦਾ ਕੀ ਇਹ ਹੋ ਇਹਦਾ ਫਾਇਦਾ ਇਹ ਬਿੱਲ ਵੀ ਤਾਰੇ ਆਉਂਦਾ ਆ ਠੀਕ ਹੈ ਕਿ ਨਹੀਂ ਘਰ ਦੇ ਕੰਮ ਵੀ ਕਰ ਦਿੰਦਾ ਆ ਠੀਕ ਹੈ ਕਿ ਨਹੀਂ ਤੁਹਾਡੇ ਭਾਂਡੇ ਵੀ ਧੋ ਦੇਗਾ ਹੈ ਤੁਹਾਡੇ ਸਿਆਣਿਆਂ ਦੀ ਲੱਤਾਂ ਵੀ ਘੁੱਟ ਦੇਗਾ ਠੀਕ ਹੈ ਤੁਹਾਡੇ ਸਿਆਣਿਆਂ ਦਾ ਗਲਾ ਵੀ ਘੁੱਟ ਦੇਗਾ ਹੈ ਇਹਦਾ ਮੂੰਹ ਵੀ ਸੁੱਤੇ ਪਹਿਲਾਂ ਪਾੜ ਦੇਗਾ ਜਿਹੜਾ ਭੌਂਕੀ ਜਾਂਦਾ ਹੈ ਆ ਮੇਰੇ ਦੁਆਲੇ ਹੋ ਗਿਆ ਹਾਜੀ ਹਾਂ ਇਹਨੇ ਕਿਹਾ ਕੀ ਛੱਡਿਆ ਤੁਹਾਨੂੰ ਹਾਈ ਸਾਹਿਬ ਤੁਹਾਨੂੰ ਮੈਂ ਦੱਸੀ ਜਾਂਦਾ ਵੀ ਇੱਥੇ ਬੱਚਿਆਂ ਨੇ ਰੋਟੀ ਖਾਣੀ ਆ ਤੁਸੀਂ ਇਹਦੇ ਵਿੱਚੋਂ ਵੀ ਫੰਕਸ਼ਨ ਕੱਢੀ ਜਾਂਦੇ ਨਹੀਂ ਇਹ ਚ ਰੋਟੀ ਖਾਣੀ ਇਹ ਚ ਕਿਚਨ ਆ ਨਹੀਂ ਵੀ ਤੁਹਾਨੂੰ ਬਾਹਰ ਦਿੱਤਾ ਤੇ ਅਸੀਂ ਬੰਦਾ ਦਿੱਤਾ ਵੀ ਇਹਕੋ ਕੰਮ ਲਈ ਜਾਓ ਇਹ ਜਿ ਸਿਰਫ ਰੋਟੀ ਖਾਈ ਦੀ ਹੈ ਬੈਗ ਬੱਚਿਆਂ ਨੇ ਮਗਾਓ ਫੇ ਖਾ ਲੈਣੇ ਆ ਇੱਥੇ ਕੀ ਗੱਲ ਅੰਦਰੋਂ ਭਾਂਡੇ ਫੜਾ ਕੇ ਹਟਿਆ ਸਾਨੂੰ ਨਾਲੇ ਬੱਚਾ ਸਾਡੀਆਂ ਗੱਡੀਆਂ ਬਾਹਰੋਂ ਅੰਦਰ ਲੈ ਕੇ ਆਇਆ ਤੂੰ ਇੱਥੇ ਨਵੇਂ ਪੱਖੇ ਲਾ ਕੇ ਹਟਿਆ ਤੂੰ ਅਸੀਂ ਹੁਣ ਲੈ ਜੀਏ ਘਰ ਜਾ ਕੇ ਬੱਚਾ ਰੋਟੀ ਨਾ ਖਾਵੇ ਸਾਡੇ ਤਾਂ ਪੈਸਾ ਬੱਚੇ ਫੇ ਬੱਚਾ ਸਾਨੂੰ ਦੇ ਜੀਓ ਅਸੀਂ ਉਹਨੂੰ ਰੋਟੀ ਥੱਪੜ ਮਾਰ ਮਾਰ ਖਲਾਵਾਂਗੇ ਵੀ ਜਦ ਉਹਨੇ ਲਿਆ ਤੇਰੇ ਪਿਓ ਨੇ ਉਹਦੀ ਲਾਸ਼ ਹੋਈ ਹੈ ਤੇ ਤੂੰ ਕਿਉਂ ਨਹੀਂ ਖਾਣਾ ਹਾਏ ਮੈਂ ਮਰ ਗਈ ਹਾਈ ਸਭ ਕੀ ਹੋ ਗਿਆ ਤੁਹਾਨੂੰ ਤੇ ਮੇਰੇ ਕਿੱਦਾਂ ਦੀ ਗੱਲ ਕਰੀ ਜਾਂਦੇ ਆ ਬੱਚੇ ਨੇ ਰੋਟੀ ਖਾਣੀ ਆਪਣੀ ਮਰਜ਼ੀ ਨਾਲ ਖਾਣੀ ਮੈਂ ਖਲੋਣੀ ਉਹਨਾਂ ਨੂੰ ਨਹੀਂ ਇਹਦੇ ਵਿੱਚ ਤਾਂ ਕੱਖ ਵੀ ਨਹੀਂ ਹੈਗਾ ਤੁਸੀਂ ਕਿਹਨੇ ਰੋਟੀ ਹਾਂ ਬਾਕੀਆਂ ਨੇ ਬੜੇ 3-4 ਹਜ਼ਾਰਾਂ ਨਾਮ ਨਿਕਲਣ ਦੇ ਆ ਇੱਥੇ ਲੈ
ਅੱਛਾ ਕੋ ਹੋਰ ਸ਼ਾਇਦ ਦਿਖਾਓ ਹੋਰ ਤੈਨੂੰ ਬਾਹਰ ਦੀ ਸ਼ਾਇਦ ਨੂੰ ਦਿਖਾ ਇਹ ਪਰੇ ਕਰ ਭਾਈ ਕੋਈ ਜਿਹੜਾ ਦੀ ਡੈਡ ਦੇ ਨਿਆਣੇ ਖਾ ਜੂਵੇ ਹਾਂ ਹੈ ਪਾਗਲ ਕੀਤਾ ਪਿਆ ਆ ਭਾਈ ਸਾਹਿਬ ਨਾ ਗਾਕਾ ਗਾਕ ਉਹ ਯਾਰ ਨਹੀਂ ਗੱਲ ਪਤਾ ਕੀ ਆ ਸਾਨੂੰ ਪਤਾ ਆ ਅਸੀਂ ਮਾਲ ਅਜੇ ਮੁੰਡਾ ਲੈ ਗਿਆ ਉਹ ਬਲਾਲ ਨੇ ਤਰਲਾ ਕਰਕੇ ਉਹਨੂੰ ਬੁਲਾਇਆ ਗੱਡੀਆਂ ਜੋੜਨੇ ਕੰਮ ਅਸੀਂ ਕਰਨੇ ਸਾਰਾ ਕੁਝ ਛੱਡ ਕੇ ਤੁਹਾਡੇ ਕੋਲ ਬਹਿ ਗਏ ਆ ਉਹ ਹਾਜੀ ਸਾਹਿਬ ਦੇਖਣ ਡਏ ਆ ਭਾਈ ਸਾਹਿਬ ਉਹ ਤੇ ਕਪੜਾ ਨਹੀਂ ਮੇਰੇ ਉਹ ਇੰਨੀ ਦੇ ਨਹੀਂ ਖਲੋਣ ਦਿੰਦੇ ਹੁੰਦੇ ਗਾਕ ਨੂੰ ਤੁਹਾਨੂੰ ਅਸੀਂ ਬਿਠਾਇਆ ਆ गोला पा के मियां बीवी नूं मारना भी कि फुड़क जावो मर गई देख हालात खराब च भी तुसीं इहनूं बाहर लिजा सकदे शहर च ऐसी गड्डी है इहदा तोप दा मूंह ऐनूं कर पूरी कर सकते अंकल गोला चला देना गर्म दुध ना खाने चला दे मेरा पुत अंकल तो हर शायद चटम कर जाते जेडी मर्जी चीज दे दे पसंद होने प्यार किया डेढ़ घंटा हो गया आइटम दसी जाते हैं समझ लगी थी एक गल कही है फैसला बाद पूरे चल जाओ बेबी लैंड तो अच्छी आइटम किसी को नहीं है मैं पता मेरा वड्डा भाई भी इत्थे लै गया नहीं बारह पुछ लो सानू 20-22 साल हो गए इत्थे बैठे हैं पेट्रोल पंप के नाल जो मर्जी जाके पुछ लो आ 10 मिनट बाद गड्डियां आनी शुरू हो जानी है धोने हैं गड्डियां बच्चे ले आ जाने कम्मा कारा तो ਵੱਡਿਆਂ ਲੋਕਾਂ ਨੇ ਫਾਰਕ ਹੋਣਾ ਹੁਣ ਹੀ ਆ ਜਾਣਾ ਸਾਡੇ ਤੇ ਗਾਗੀ ਦਾ ਟਾਈਮ ਤੁਹਾਡੇ ਮੂੰਹ ਵੱਲ ਵੇਖੀ ਜਾਂਦੇ ਅਸੀਂ ਤੁਹਾਡੇ ਕੋ ਬੱਚੇ ਲੈਣ ਕੋਈ ਚੀਜ਼ ਵੰਡਦੇ ਰਾਤ ਨੂੰ ਚੀਜ਼ ਵੰਡਦੀ ਕੀ ਗੱਲ ਆ ਤੇਰੀ ਧੌਣ ਲੈਣ ਲੱਗੇ ਸੀ ਵੀ ਬਚ ਗਿਆ ਤੂੰ ਮੈਂ ਕਿਹਾ ਵੀ ਕੀ ਕੋਈ ਸ਼ਾਇ ਵੰਡਦੇ ਅੱਛਾ ਇਹ ਤੋਪ ਆ ਅੱਛਾ ਤੁਹਾਡੇ ਕੋ ਆ ਤਾਂ ਤੋਪ ਹੋ ਗਈ ਇਹਦੇ ਭਾਜੀ ਇਹ ਚ ਗੋਲੇ ਕਿਹੜੇ ਪੈਣੇ ਆ ਹੈ ਆ ਬਰਫ ਵਾਲੇ ਹੈ ਬਰਫ ਵਾਲੇ ਉੱਤੇ ਰੰਗ ਪਾਈ ਜਾਈਓ ਠੀਕ ਹੈ ਕਿ ਨਹੀਂ ਕਿਉਂਕਿ ਤੁਸੀਂ ਖਾਨ ਸਾਹਿਬ ਅਗਰ ਤੁਹਾਡੇ ਨੂੰ ਬਰਫ ਦੇ ਗੋਲੇ ਜਿਹੜੇ ਆ ਇਹ ਵੀ ਵੱਡੇ ਗੋਲਿਆਂ ਨਾਲੋਂ ਖਤਰਨਾਕ ਆ ਠੀਕ ਹੈ जिथे जाना पहुंच गए कहे की मैं पहुंच गई नहीं नहीं अगर शेखूपुरे किन्नी देर च पहुंच सकती है हैं किन्नी देर च पहुंच सकती शेखूपुर ਭਾਜੀ ਇਹ ਤਾਂ ਸ਼ੇਖੂਪੁਰ ਦੀ ਗੱਡੀ 'ਚ ਬੈਠੋ ਆ ਡੇਢ ਘੰਟੇ ਦੇ ਵਿੱਚ ਉੱਥੇ ਤੁਸੀਂ ਪਹੁੰਚ ਜਾਣਾ ਨਹੀਂ ਤੇ ਇਹ ਨਹੀਂ ਚੱਲਣੀ ਉਧਰ ਨੂੰ ਜਾ ਤੂੰ ਇਹਨੂੰ ਗੱਡੀ ਦੇ ਵਿੱਚ ਹੀ ਰੱਖ ਲੈ ਇਹਨੂੰ ਜ਼ਰੂਰ ਜ਼ਹਿਮਤ ਦੇਣੀ ਹੈ ਦੱਸ ਤੇ 60,000 ਲੈ ਰਹੇ ਹੋ ਕਾਹਦਾ ਲੈ ਰਹੇ ਹੋ ਤੁਸੀਂ ਬੀਬੀ ਤੁਹਾਡੀ ਔਖੀ ਕਿਉਂ ਹੋਈ ਜਾਂਦੀ ਹੈ ਤੁਸੀਂ ਇੰਨੇ ਪੈਸੇ ਮੰਗ ਰਹੇ ਹੋ ਤੂੰ ਬਹੁਤੀ ਨਹੀਂ ਜਜ਼ਬਾਤੀ ਹੋਈ ਹੈ ਭਾਜੀ ਮੇਰੇ ਨਾਲ ਗੱਲ ਕਰੋ ਤੁਹਾਡੇ ਨਾਲ ਗੱਲ ਕਰੋ ਤੂੰ ਤਾਂ ਭਾਈ ਕੁਝ ਵੀ ਨਹੀਂ ਹੈਗਾ ਹਾਂ ਤੂੰ ਕੁਝ ਹੁੰਦਾ ਤੇ ਬੇਗਮ ਕੋ ਬੋਲਦੀ ਇਹ ਪੈਸੇ ਇੱਧਰ ਪੈਸੇ ਇੱਧਰ ਆਈ ਸਮਝ ਮੈਨੂੰ ਨਹੀਂ ਲੱਗਦੇ ਲੱਗਦੇ ਕਿਉਂ ਨਹੀਂ ਲੱਗਦੇ ਹੁਣ ਕਿਹੜੀ ਲੈਣੀ ਚੀਜ਼ ਦੇ ਆਹ ਪਸੰਦ ਆਈ ਹੈ ਅੱਛਾ ਅੱਛਾ ਦੱਸੋ ਇੱਕ ਘੰਟੇ ਸ਼ੇਖੂਪੁਰੇ ਪਹੁੰਚ ਜਾਏਗੀ ਹਾਂ ਪਹੁੰਚ ਜਾਏਗੀ ਭਾਜੀ ਨੂੰ ਕਾਰ ਤੇ ਤੁਸੀਂ ਜਾਣਾ ਤੇ ਇਹਨੂੰ ਪਿੱਛੇ ਰੱਖੋ ਪਹੁੰਚ ਜਾਏਗੀ ਇਹਨੇ ਕਿ ਘੰਟੇ ਪਹੁੰਚ ਜਾਏਗੀ ਪਹੁੰਚ ਜਾਏਗੀ ਲੈ ਕੱਲ ਉੱਥੇ ਮੇਲਾ ਤੁਸੀਂ ਦੋਨੇ ਚੱਲ ਜਿਓ ਚ ਬਹਿ ਕੇ ਆ ਉੱਥੇ ਬੜਾ ਰਸ਼ ਪੈਣਾ ਤੁਸੀਂ ਦੋਨੇ ਆਓ ਚੱਲੀਏ ਨਹੀਂ ਵੀ ਤੁਸੀਂ ਐਵੇਂ ਲੜੀ ਜਾਣ ਦੇ ਉਦੋਂ ਦੇ ਭਾਜੀ ਤੁਹਾਨੂੰ ਅਸੀਂ ਗੱਡੀਆਂ ਦਿਖਾ ਲੈਣ ਦੇ ਆ ਗੱਡੀਆਂ ਦਿਖਾਉਣੀਆਂ ਤੁਹਾਡੇ ਕੋਲ ਹੈ ਗੱਡੀਆਂ ਕਿਹੜਾ ਤੁਸੀਂ ਸਰੀਆਂ ਭੁੰਨਣ ਦਾ ਇੱਥੇ ਉਹ ਭਾਜੀ ਬਾਹਰ ਧੁੱਪ ਬੋਸੀ ਇਸ ਤਾਂ ਬੱਸ ਦਾ ਇੰਤਜ਼ਾਰ ਕਰਨ ਦੇ ਸੀ ਉਹ ਆ ਗਈ ਬੱਸ ਸਾਡੀ ਉਹ ਫਿੜੇ ਮੂੰਹ ਤੇਰਾ ਆ ਜਿਹੜੀ ਬੱਸ ਜੜਾ ਵਾਲੇ ਨੂੰ ਜਾਣੀ ਹੈ ਜੜਾ ਵਾਲੇ ਨੂੰ ਉਹ ਲੱਖ ਲਾ ਲਾ ਤੇਰੇ ਸਫ਼ਰ ਕਰਨ ਤੇ ਮੈਨੂੰ ਤੇਰੇ ਮੂੰਹ ਤੋਂ ਲੱਗਦਾ ਸੀ ਵੀ ਤੇਰੇ ਮੂੰਹ ਹੀ ਗੁਰਬਤ ਨਮਾ ਆ ਇਹ ਲੈ ਨਹੀਂ ਸਕਦਾ ਕੋਈ ਚੀਜ਼ ਆ ਵੇ ਨਾਲ ਮੰਗਣ ਵਾਲੀ ਫਿਰਦੀ ਫਿਰਦੀ ਆ ਜੱਲੀਏ ਤੂੰ ਐਂ ਨਾ ਬੋਲੇ ਆ ਕਿੱਡੀ ਸਿਆੜੀ ਇਹ ਛਮਕ ਛੱਲੋ ਜਈ ਕੈਸਾ ਇਹਦਾ ਕੂੜੀ ਵਰਗਾ ਮੂੰਹ ਆ ਚੁੱਪ ਕਰ ਰੇ ਹੈ ਬੋਣਾ ਜੇ ਨਾਲ ਫੇਰ ਲਈ ਉਹ ਬੰਦਾ ਘੱਟ ਲੱਗਦਾ ਛੋਟਾ ਮੁੰਡਾ ਵੀ ਤੇ ਵੱਡਾ ਵੀ ਨਾਲ ਲਈ ਫਿਰਦੀ ਆ ਸਭ ਕਰ ਜਾ ਉਹ ਫਿੱਟੇ ਮੂੰਹ ਤੁਹਾਡੇ ਸ਼ਾਪਿੰਗ ਕਰਨ ਤੇ ਆ ਕਿੰਨੇ ਦੀ ਆ ਗੱਡੀ ਆ ਸ਼ੇਖੂਪੁਰ ਲੈ ਜਾਏਗੀ ਇਹ ਤੇਰੀ ਭੈਣ ਵਾਲੇ ਵੀ ਲੈ ਜਾਏਗੀ ਭਾਣਜਿਆਂ ਨੂੰ ਮਿਲਣੇ ਵੀ ਚਲ ਜਾਏਗੀ ਤੇਰੀ ਨਾਨੀ ਨੂੰ ਵੀ ਮਿਲੇਗੀ ਇੱਥੇ ਤੇਰੀ ਲਾਸ਼ ਵੀ ਚਲ ਜਾਏਗੀ ਗਿੱਠਿਆ ਉਹ ਬੋਲਿਆ ਲੰਦ ਪਾਓ ਤੇ ਉਹ ਫਿੱਟੇ ਮੂੰਹ ਦਿੱਤੇ ਆ ਸਕੂਟਰ ਕਿੰਨੇ ਦਾ ਸਕੂਟਰ ਕਿੰਨੇ ਦਾ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਸੀ इस मोछे ने लैना कुछ नहीं अगर बुढ़ी जिनी कमेडिया खाने वाली बेपरा वा बोलता किदा तू बेपरा वा तेरा किदर दे फिड़े मूं तू दो न्याणे लैके मंगन टुरी है
ਲੱਖ ਲਾਨਤ ਆ ਸਾਹ ਨਾ ਚੜਾਓ ਪਾਣੀ ਲੈ ਕੇ ਆਵਾਂ ਪਾਣੀ ਕਦ ਲੈ ਕੇ ਆ ਮੈਂ ਜਲੂਸ ਚੋਂ ਕੱਢਿਆ ਮੈਨੂੰ